ਜਸਵੀਰ ਸਿੰਘ ਸੀਰਾ, ਪਲੀਜ਼ ਕਿਰਪਾ ਕਰਕੇ ਆਪੋ ਆਪਣਾ ਸਮਾਨ ਲੈ ਲੈ। ਹਵਾ ਕੌਣ ਜ਼ੋਰ ਹੈ ਜਵਾਨ ਵਿੱਚ ਵੀ, ਜਚਦਾ ਬੜਾ ਹੈ ਮੈਦਾਨ ਵਿੱਚ ਵੀ, ਜਿਵੇਂ ਨੱਚਦਾ ਹੈ ਮੋਰ ਕੋਈ ਕਲਹਿਰੀ ਵੱਟ ਦੇ, ਪਾਉਂਦਾ ਹੈ ਕਬੱਡੀ ਦੇਖੋ ਰਾਤੀ ਮਾਰ ਵੱਟ ਦੇ। ਆ ਖਿਡਾਰੀ ਦਾ ਗਗਨ ਨਾਨ ਹੈ ਯੁੱਗ, ਹਰੀ ਕੇ ਪੱਤਣ ਦੇ ਬਿਲਕੁਲ ਲਾਗੇ ਕਰਕੇ ਪਿੰਡ ਖਿਡਾਰੀ ਦਾ ਯੁੱਗ ਗਗਨ ਨਾਜਵਾਨ ਜੋਗੇ ਵਾਲੀਆਂ ਵਿਸ਼ੇਸ਼ ਕਬੱਡੀ ਕਲੱਬ ਕਪੂਰਥਲਾ ਦੇ ਵਾਸਤੇ ਨੰਬਰ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਬੀਤਾ ਖੋਸੇ ਰੰਗ ਤੀਰ ਵਾਲਾ, ਰਸੂਲਪੁਰ ਦੇ ਕਾਰੂ ਵਾਂਗ, ਹਿੰਮਤਪੁਰ ਦੇ ਗੁੱਗੂ ਵਾਂਗ, ਮੁਲਕਾਂ ਦੇ ਗੁਲਜ਼ਾਰੀ ਵਾਂਗ, ਬ੍ਰਹਮਾ ਦੇ ਸੋਨੂ ਵਾਂਗ, ਨਾਲ ਸਿੱਧਵਾਂ ਦੇ ਦੱਸੇ ਵਾਂਗ ਬੜਾ ਤੇਜ਼ ਖਿਡਾਰੀ ਹੈ। ਮੈਦਾਨ ਦੇ ਵਿੱਚ ਪਈ ਹੋਈ ਰੇਡ ਇਸ ਰਾਜਵਾਂ ਦੀ, ਬੀਤਾ ਖੋਸੇ ਰੰਗ ਤੀਰ ਵਾਲਾ ਕਬੱਡੀ ਪਾਉਂਦਾ ਹੋਇਆ, ਗੋਪੀ ਕੀਪਾ ਨਾਲ ਕੁਲਦੀਪ ਸਿੰਘ ਕੀਪਾ ਇਸ ਸਮੇਂ ਡੱਗਣ ਦੀ ਕੋਸ਼ਿਸ਼ ਕਰਦਾ ਹੋਇਆ, ਪੁਆਇੰਟ ਰੇਡਰ ਦੇ ਹਿੱਸੇ ਚਾਰ ਖਿਡਾਰੀ ਤਿਆਰ ਨੇ, ਕੌਣ ਜੱਫਾ ਲਾਵੇਗਾ। ਪਹਿਲੀ ਰੇਡ ਤੇ ਸੀ ਕੈਂਚੀ ਮਾਰੀ ਲਾਲੇ ਅਬਦੁੱਲੇ ਨੂੰ, ਕਰਤਾ ਸੀ ਬੰਦ ਉਹਨੇ ਸ਼ੇਰ ਜਿਵੇਂ ਖੁੱਲੇ ਨੂੰ, ਸਦਕੇ ਜਾਈਏ ਆਪਾਂ ਇਹਦੀ ਸ਼ਾਨ ਦੇ ਬੰਦ ਕਰਦੇ ਸੀ ਜਿਹਨੇ ਯਾਰੋ ਰੇਡਰ ਪਾਕਿਸਤਾਨ ਦੇ ਸ਼ੇਰ ਹੈ ਪੰਜਾਬ ਦਾ ਏਕਮ ਅੱਗੇ ਨਾ ਕਿਸੇ ਦੇ ਝੁਕਦਾ, ਟਿੰਬਰ ਵਾਲੀ ਸ਼ੀਰੇ ਤੀਸਰੇ ਵਿਸ਼ਵ ਕੱਪ ਦਾ ਬਸ ਜਾ ਫਿਰ ਰਿਹਾ ਏਕਮ, ਤੇ ਟਰੈਕਟਰ ਆਇਆ ਪਿੰਡ ਹਠੂਰ ਨੂੰ ਸੀ ਬੁੱਕਦਾ, ਟਰੈਕਟਰ ਆਇਆ ਪਿੰਡ ਹਠੂਰ ਨੂੰ ਸੀ ਬੁੱਕਦਾ। ਇਹ ਟਰੈਕਟਰ ਦਾ ਜੇਤੂ ਹੈ ਸ਼ੀਰਾ ਟਿੰਬਰ ਵਾਲੀ ਜਿਹਦੇ ਬਾਰੇ ਦੇ ਵਿੱਚ ਲਿਖਦਾ, ਲਓ ਇਸ ਸਮੇਂ ਪੈਰ ਦਾ ਵਾਧਾ ਕਰਦਾ ਹੋਇਆ ਏਕਮ ਹਠੂਰ ਦੁੱਲਾ ਢੈਪੀ ਵਾਲਾ, ਲਓ ਦੁੱਲਾ ਲੁਧਿਆਣੀਆ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ। ਆਹ ਨੌਜਵਾਨ ਕਹਿੰਦੇ ਵੀ ਮੁੱਲਾਪੁਰ ਕਾਖੇ ਦੇ ਏਰੀਏ ਦਾ ਖਿਡਾਰੀ ਹੈ, ਸਰਾਬੇ ਦਾ ਏਰੀਆ, ਸ਼ਹੀਦ ਕਰਤਾਰ ਸਿੰਘ ਦਾ ਏਰੀਆ, ਕਟੈਪੀ ਪਿੰਡ ਬੜਾ ਮਸ਼ਹੂਰ ਹੈ, ਗੁਰ ਅਮਰਜੀਤ ਸਿੰਘ ਗਰੇਵਾਲ ਉਹਨਾਂ ਦਾ ਜੋ ਮੈਟਰੋ ਦੀ ਖੇਡ ਕਲੱਬ ਦੇ ਪ੍ਰਧਾਨ ਨੇ ਟੋਰਾਂਟੋ ਦੇ ਵਿੱਚ। ਹੈਲੋ ਜੀਤ ਸਿੰਘ ਖਾਲਸਾ ਲੰਗਿਆਣੇ ਵਾਲੇ ਗੁਰਮੁਖ ਪਿਆਰੇ ਨੇ, ਉਹ ਬੜਾ ਉਹਨਾਂ ਦਾ ਵਿਸ਼ੇਸ਼ ਸਹਿਯੋਗ ਆ, ਉਹਨਾਂ ਨੂੰ ਵੀ ਸਨਮਾਨ ਦਿੱਤਾ ਜਾ ਰਿਹਾ। ਅਗਲੀ ਕਬੱਡੀ ਦੇਖਦੇ ਹਾਂ ਵੀ ਆਹ ਨੌਜਵਾਨ ਦਾ ਪਿੰਡ ਲੋਹੀਆਂ ਦੇ ਲਾਗੇ ਹੈ, ਨਵਾਂ ਪਿੰਡ ਦੋਨੇ ਵੱਲ ਕਮਲ ਨਾਮ ਹੈ, ਜਿਸ ਏਰੀਏ ਦਾ ਪਲਾ ਜਲਾਲਪੁਰੀਆ ਪਾਲਾ ਦੁਨੀਆ ਦਾ ਸੁਪਰ ਖਿਡਾਰੀ ਹੈ, ਪਰ ਡਾਲੇ ਵਾਲਾ ਮਨਪ੍ਰੀਤ ਸਿੰਘ ਆਹ ਨੌਜਵਾਨ ਦਾ ਮਿੱਤਰਾਂ ਦਾ ਨਾਮ ਚੱਲਦਾ ਹੈ, ਨਾਮ ਚੱਲਦਾ ਹੈ। ਅੰਮ੍ਰਿਤ ਅਮਨ ਹਥੂਰ ਇੰਟਰਨੈਸ਼ਨਲ ਕਬੱਡੀ ਕਲੱਬ ਮੋਗਾ ਦੀ ਟੀਮ ਦੇ ਹਿੱਸੇ ਨੰਬਰ ਜੁੜਦਾ ਹੋਇਆ, ਇੱਕੋ ਮਿੰਟ ਦੀ ਜਨੋ ਪੰਥਕ ਦਲ ਵੱਲੋਂ ਵਿਸ਼ੇਸ਼ ਤੌਰ ਤੇ ਭਾਈ ਦਵਿੰਦਰ ਸਿੰਘ ਲੱਖਾ, ਜਿਹੜਾ ਪਿਛਲੇ 18 ਸਾਲਾਂ ਤੋਂ ਬੜੈਲ ਜੇਲ੍ਹ ਵਿੱਚ ਬੰਦ ਹੈ, ਬੇਅੰਤ ਸਿੰਘ ਕਤਲਕਾਂਡ ਦੇ ਵਿੱਚ ਉਹਨਾਂ ਨੂੰ ਨਾਮਜ਼ਦ ਕੀਤਾ ਹੋਇਆ ਹੈ, ਉਹਨਾਂ ਦੀ ਸਤਿਕਾਰਯੋਗ ਭੈਣ ਜੀ ਉੱਥੇ ਪਹੁੰਚੇ ਨੇ, ਇਹਨਾਂ ਦੀ ਛੋਟੀ ਭੈਣ ਦਾ ਆਨੰਦ ਕਾਰਜ ਹੈ, ਉਹਦੇ ਲਈ 20,000 ਰੁਪਇਆ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਉਹਨਾਂ ਸਨਮਾਨ ਕੀਤਾ ਜਾ ਰਿਹਾ। ਮੈਂ ਬੇਨਤੀ ਕਰੂੰ ਬਾਬਾ ਚਰਨਜੀਤ ਸਿੰਘ ਜੀ ਅਤੇ ਹੋਰ ਗੁਰੂ ਪਿਆਰੇ ਪੈਰ ਦਾਲ ਦੇ ਵਿਕਾਰ ਨਾਲ ਸੁੱਖਾ ਤੋਦਾ ਸਿੰਘ ਵਾਲੇ ਦਾ ਔਰ ਏਕਮ ਦੁਨੀਆ ਦਾ ਸੁਪਰ ਖਿਡਾਰੀ ਹੈ, ਜੋ ਬਹੁਤ ਵਧੀਆ ਜੱਫਾ ਲੱਗ ਗਿਆ ਪੁਆਇੰਟ ਆਪਣੀ ਅਮਰਾ ਦੂਰ ਕਬੱਡੀ ਕਲੱਬ ਮੋਗਾ ਦੇ ਵਾਸਤੇ ਨੌਜਵਾਨ ਜਸਵੀਰ ਸਿੰਘ ਸੀਰਾ, ਉਹ ਵੀ ਆਪਣਾ ਸਨਮਾਨ ਲੈ ਰਹੇ ਨੇ। ਅੱਜ ਮੈਂ ਬੇਨਤੀ ਕਰਦਾ ਹਾਂ ਸਾਬਕਾ ਸਰਪੰਚ ਸਰਦਾਰ ਜਗਦੀਪ ਸਿੰਘ ਬਰਾੜ, ਉਹ ਵੀ ਆਪਣਾ ਆ ਕੇ ਪਲੀਜ਼ ਸਟੇਜ 'ਤੇ ਆਉਣ ਅਤੇ ਆਪਣਾ ਸਨਮਾਨ ਵੀ ਲੈਣ। ਸਰਦਾਰ ਜਗਦੀਪ ਸਿੰਘ ਬਰਾੜ ਸਾਬਕਾ ਸਰਪੰਚ ਗਗਨ ਜੋਗੇ ਵਾਲੀ ਆ,
ਜੋ ਯੂਨਾਈਟਡ ਸਪੋਰਟਸ ਕਲੱਬ ਦੇ ਵਿੱਚ ਖੇਡਿਆ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਔਰ ਪਾਕਿਸਤਾਨ ਦੇ ਫੈਸਲਾਬਾਦ ਦੇ ਵਿੱਚ ਬਹੁਤ ਜਾਨਦਾਰ ਕਬੱਡੀਆਂ ਪਾਈਆਂ 15 ਜਨਵਰੀ ਦੇ ਇਸ ਖਿਡਾਰੀ ਨੇ 15 ਜਨਵਰੀ 2012 ਪਾਕਿਸਤਾਨ ਦੇ ਫੈਸਲਾਬਾਦ ਦੇ ਕਬੱਡੀ ਕੱਪ ਦੇ ਵਿੱਚ ਬੱਲੇ ਬੱਲੇ ਕਰਵਾਈ ਇਸ ਨੌਜਵਾਨ ਨੇ ਜੋ ਬਹੁਤ ਵਧੀਆ ਨੰਬਰ ਦਾ ਵਾਧਾ ਕਰਦਾ ਹੋਇਆ ਕਿ ਉੱਧਰ ਹੀ ਰਹਿ ਗਿਆ ਨਨਕਾਣਾ ਸਾਹਿਬ ਸਾਂਦਾ ਉਸੇ ਧਰਤੀ ਤੇ ਪੰਜਾ ਸਾਹਿਬ ਫਬਦਾ ਉੱਧਰ ਹੀ ਹੈ ਕਰਤਾਰਪੁਰ ਜਿਹਦੇ ਖੇਤਾਂ ਵਿੱਚ ਹਰ ਗੁਰੂ ਨਾਨਕ ਜੀ ਦਾ ਰਿਹਾ ਵਗਦਾ ਵਰਸ ਦੀ ਸ਼ਾਇਰੀ ਦਾ ਝੰਗ ਵੀ ਹੈ ਉੱਧਰੇ ਹੀ ਬੇਲਿਆਂ ਚ ਰਾਂਝਾ ਜਿੱਥੇ ਹੀਰ ਨੂੰ ਸੀ ਲੱਭਦਾ ਕਸੂਰ ਸ਼ਹਿਰ ਵੀ ਹੈ ਉੱਧਰੇ ਹੀ ਬੁੱਲਾਂ ਵਿੱਚ ਜਿੱਥੇ ਨੱਚਿਆ ਸੀ ਦਿਲ ਚੋਂ ਭੁਲਾ ਕੇ ਡਰ ਸਾਰੇ ਜੱਗ ਦਾ ਜੋਹਰ ਯਾਰਾ ਬਾਗੇ ਤੋਂ ਹੈ ਪਾਰ ਸਾਡਾ ਬਹੁਤ ਕੁਛ ਨਹੀਂ ਉਹਦਾ ਪਾਕਿਸਤਾਨ ਸਾਨੂੰ ਆਪਣਾ ਹੈ ਲੱਗਦਾ ਬਹੁਤ ਵਧੀਆ ਇਸ ਨੌਜਵਾਨ ਨੇ ਪਾਕਿਸਤਾਨ ਦੇ ਵਿੱਚ ਵੀ ਪ੍ਰਦਰਸ਼ਨ ਕੀਤਾ ਸੀਗਾ ਗਗਨ ਜੋਗੇ ਵਾਲੀਏ ਨੇ ਆਓ ਅਗਲੀ ਕਬੱਡੀ ਇਹਨੂੰ ਮੋਠਾ ਆਖਦੇ ਪਿਆਰ ਦੇ ਨਾਲ ਇੱਕ ਸੁਖਵਿੰਦਰ ਮੋਠਾ ਘੁਮਿਆਰੇ ਦਾ ਬੜਾ ਮਸ਼ਹੂਰ ਉੱਥੋਂ ਦਾ ਸਰਪੰਚ ਵੀ ਪਰ ਆਹ ਨੌਜਵਾਨ ਦਾ ਤੋਤਾ ਸਿੰਘ ਵਾਲਾ ਪਿੰਡ ਹੈ ਇਹਨੂੰ ਵੀ ਮੋਠਾ ਆਖਦੇ ਪਿਆਰ ਦੇ ਨਾਲ ਗੁਰਜੀਤ ਸਿੰਘ ਨਾਮ ਹੈ ਲਓ ਮੋਠਾ ਤੋਤਾ ਸਿੰਘ ਵਾਲੇ ਦਾ ਵਿਸ਼ੇਸ਼ ਕਬੱਡੀ ਥੋੜ੍ਹਾ ਦਿਨ ਲਓ ਦੋਲਾ ਟੈਪੀ ਵਾਲਾ ਅਗਲੀ ਕਬੱਡੀ ਮੈਦਾਨ ਦੇ ਵਿੱਚ ਪਾਉਣ ਦੇ ਲਈ ਵੱਧਦਾ ਹੋਇਆ ਲੁਧਿਆਣੀ ਆ ਅੰਬੀ ਆਪਣਾ ਹਫਤੂਰ ਇੰਟਰਨੈਸ਼ਨਲ ਕਬੱਡੀ ਕਲੱਬ ਮੋਗੇ ਵੱਲੋਂ ਪਈ ਫਿਰ ਰੇਡ ਖਿਡਾਰੀ ਦੀ ਇੱਕ ਪਾਸੇ ਕਪੂਰਥਲੀ ਆ ਨਾਲ ਦੇਖ ਰਹੇ ਵੀ ਫਿਰੋਜ਼ਪੁਰੀ ਆ ਨਾਲ ਕਪੂਰਥਲੀ ਆ ਕੋਸ਼ਿਸ਼ ਕਰ ਰਿਹਾ ਨਗਰ ਦੀ ਗੁਰਪ੍ਰੀਤ ਸਿੰਘ ਭਲਾਣਾ ਪਿੰਡ ਹੈ ਔਰ ਦੂਸਰੇ ਪਾਸੇ ਦੁੱਲਾ ਢੈਪੀ ਵਾਲਾ ਕਦੀ ਅਲਬੱਟਾ ਦੇ ਵਿੱਚ ਖੇਡਦਾ ਕਦੀ ਓਨਟੈਰੀਓ ਦੇ ਵਿੱਚ ਖੇਡਦਾ ਅਗਲੀ ਰੇਡ ਪਾਉਣ ਦੇ ਲਈ ਚੱਲ ਵੀ ਕਮਲ ਨੌਜਵਾਨ ਫਿਰ ਰੇਡਾਂ 69 ਪਾਈਆਂ ਤੇ ਜਿੱਥੇ 4 ਲੱਗੇ ਪਹਿਲੇ ਵਰਲਡ ਕੱਪ ਚ ਕੁਲਜੀਤਾ ਸਵਰਾਜ ਲੈ ਗਿਆ ਸੀ ਦੂਜੇ ਕੱਪ ਦੇ ਫਾਈਨਲ ਚ 13 ਪਾਰ ਰੇਡਾ ਗੱਗੀ ਖੀਰਾ ਵਾਲ ਪ੍ਰੀਮ ਟਰੈਕਟਰ ਤੇ ਬਹਿ ਗਿਆ ਸੀ ਕੋਸ਼ਾ 44 ਕੀਤੀਆਂ ਜਿੱਥੇ 25 ਲਾਏ ਪਹਿਲੇ ਕੱਪ ਦਾ ਬੈਸਟ ਜਾਂ ਫਿਰ ਰੇਹਾ ਮੰਗੀ ਦੂਜੇ ਕੱਪ ਚ ਬੱਗਿਆਂ ਵਾਲੇ ਨੇ 11 ਲਾ ਦਿੱਤੇ ਪ੍ਰੀਮ ਟਰੈਕਟਰ ਤੇ ਗੱਡ ਦੀ ਫੇਰ ਚੰਡੀ ਤੀਜੇ ਵਰਲਡ ਕੱਪ ਚ ਗੱਗੀ ਖੀਰਾ ਵਾਲ ਫਿਰ ਟਰੈਕਟਰ ਜਿੱਤਿਆ ਔਰ ਖੀਰਾ ਵਾਲੀ ਦੇ ਕਹਿੰਦੇ ਨੇ ਉਸਨੇ ਰਾਸੀ ਟਰੈਕਟਰ ਪਾ ਦਿੱਤਾ ਵਧਾਉਣ ਵਾਲਿਆ 1 ਮਿੰਟ ਲਾ 10 ਜਿੱਤੇ ਪ੍ਰੀਮ ਟਰੈਕਟਰ ਪਿੰਡ ਹਠੂਰ ਪਹੁੰਚਾ ਦਿੱਤਾ ਮਾਂ ਖੇਡ ਕਬੱਡੀ ਨੇ ਇਹਨਾਂ ਖਿਡਾਰੀਆਂ ਨੂੰ ਟਰੈਕਟਰਾਂ ਦੇ ਨਾਲ ਗੱਡੀਆਂ ਦੇ ਨਾਲ ਮਾਣ ਸਨਮਾਨ ਜੋ ਹੈ ਖੇਵਾਣਾ ਰੱਖਣਾ ਦੇ ਸੀ ਖੇਡ ਹੁੰਦੀ ਪਾਇਆ ਕੌਡੀਆਂ ਮੁਲਜ਼ਮਾਨਿਆਂ ਨੇ ਫਿਰ 7 ਸਮੁੰਦਰੋਂ ਪਾਰ ਖੜਿਆ ਕਬੱਡੀ ਨੂੰ ਇਹਦੇ ਪਰਵਾਨਿਆਂ ਨੇ ਜਹਾਨਾ ਲੱਖਾਂ ਤੋਂ ਕਰੋੜਾਂ ਦੀ ਕਰ ਦਿੱਤਾ ਕਬੱਡੀ ਨੂੰ ਇਹਦੇ ਦੀਵਾਨਿਆਂ ਨੇ ਲੱਖਾਂ ਤੋਂ ਕਰੋੜਾਂ ਦੀ ਕਰ ਦਿੱਤਾ ਕਬੱਡੀ ਨੂੰ ਇਹਦੇ ਦੀਵਾਨਿਆਂ ਨੇ ਵਾਟਰ ਬ੍ਰੇਕ ਫਸਟ ਹਾਫ ਖੇਡਿਆ ਜਾ ਰਿਹਾ ਇਸ ਸਮੇਂ ਮੈਦਾਨ ਦੇ ਅੰਦਰ ਪਹਿਲਾ ਸੈਮੀ ਫਾਈਨਲ ਮੈਚ ਅੱਜ ਇਸ ਕਬੱਡੀ ਕੱਪ ਦਾ ਆਹ ਵੀ ਪਿੰਡ ਦਾ ਨੌਜਵਾਨ ਜਿਹਨਾਂ ਨੇ ਮੈਂ ਸਰੀਆ ਮੋੜ ਕੇ ਦਿਖਾਵਾਂਗਾ ਜੋ ਸ਼ਾਹਜਹਾਂ ਕੱਪ ਦੇ ਵਿੱਚ ਕਰਦਾ ਬਿੰਦਾ ਇਸ ਸਮੇਂ ਜੋ ਹੈ ਬਾਹਾਂ ਦੇ ਭਾਰ ਚੱਲ ਕੇ ਵੀ ਦਿਖਾ ਰਿਹਾ ਬਹੁਤ ਤਕੜਾ ਮੁਕਾਬਲਾ ਮੈਦਾਨ ਦੇ ਅੰਦਰ ਖੇਡਿਆ ਜਾ ਰਿਹਾ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਵਾਟਰ ਬ੍ਰੇਕ ਤੋਂ ਬਾਅਦ ਅਗਲੀ ਕਬੱਡੀ ਪਾਉਣ ਦੇ ਵਾਸਤੇ ਸੁਖਰ ਦਾਸ ਸੇਵਾਲਾ ਹੈਲੋ ਹੈਲੋ ਸੋ ਗੁਰਮੀਤ ਸਿੰਘ ਮਲੀਲਾ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਸਹਿਯੋਗ ਦਿੱਤਾ ਤੇ ਮੋਟਰਸਾਈਕਲ ਵਿੱਚ ਵੀ ਉਹਨੇ ਜਿਹੜੀ ਆਪਣੀ ਮਾਇਆ ਭੇਜੀ ਸੀ ਸਾਰੇ ਮਲੀਲਾ ਤੋਂ ਜਿੰਨੇ ਗੁਰੂ ਪਿਆਰੇ ਉਹਨਾਂ ਦੇ ਪਰਿਵਾਰ ਆਏ ਨੇ ਗੁਰਮੀਤ ਸਿੰਘ ਮਲੀਲਾ ਉਹਨਾਂ ਦੇ ਭਰਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਦਿੱਤਾ ਜਾ ਰਿਹਾ ਲਓ ਇਧਰੇ ਪਾਸੇ ਮੈਦਾਨ ਦੇ ਵਿੱਚ ਫਿਰ ਦੇਖ ਰਹੇ ਅਗਲੀ ਕਬੱਡੀ ਪਈ ਹੋਈ ਵਾਹਰੇ ਵੀ ਸਾਹ ਲਓ ਬਹੁਤ ਵਧੀਆ ਦੇਖ ਰਹੇ ਥੋੜਾ ਜਿਹਾ ਪਿੱਛੇ ਹਟਦਾ ਕਦੇ ਸਜੇ ਕਦੇ ਖੱਬੇ ਆ ਦੂਸਰੇ ਪਾਸੇ ਮਨਪ੍ਰੀਤ ਨੱਟੂ ਸੈਦੋਗੇ ਵਾਲਾ ਕੋਸ਼ਿਸ਼ ਕਰਦਾ ਇੱਕ ਜ਼ੋਰ ਦੇ ਨਾਲ ਜੱਫਾ ਲਾਉਣ ਦੀ ਮਜੀਦ ਦਾ ਵੀ ਜ਼ੋਰ ਲੱਗਾ ਹੋਇਆ ਪਰ ਆਖਰੀ ਪਲਾਂ ਦੇ ਵਿੱਚ ਦੇਖਦੇ ਵੀ ਆਹ ਨੌਜਵਾਨ ਬਾਅਦ ਵਿਸ਼ੇਸ਼ ਕਬੱਡੀ ਕਲੱਬ ਕਪੂਰਥਲਾ ਦੇ ਵਾਸਤੇ ਜ਼ੋਰ ਦੇ ਵਿੱਚ ਸਫਲ ਹੁੰਦਾ ਹੋਇਆ ਸਫਲਤਾ ਇਸ ਖਿਡਾਰੀ ਦੇ ਕਦਮ ਚੁੰਮਦੀ ਹੋਈ ਗੁਰਪ੍ਰੀਤ
ਗੁਰਪ੍ਰੀਤ ਸਿੰਧੂ ਜੀ ਮਨੀਲਾ ਤੇ ਸਤਵੰਤ ਸਿੰਘ ਜੀ ਮਨੀਲਾ ਬਾਰੇ ਵੱਡਾ ਮਾਨ ਸਨਮਾਨ ਦਿੰਦੇ ਹੋ। ਮੈਂ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਵੀਰ ਲੱਜੀ ਮਨੀਲਾ, ਨਿੰਦਰ ਮਨੀਲਾ, ਬਹੁਤ ਵੱਡਾ ਮਾਨ ਸਨਮਾਨ ਦੇਦੇ ਹੋਏ ਸਾਡੇ ਬਹੁਤ ਹੀ ਮਾਨਯੋਗ ਤੇ ਸਤਿਕਾਰਯੋਗ ਵੀਰ। ਆਓ ਇਹਦੇ ਪਾਸੇ ਵਾਹ ਲੇਡੀ ਸਾਹਿਬ, ਬਹੁਤ ਤਗੜੇ ਨਸ਼ੇ ਦੀ ਕੋਸ਼ਿਸ਼ ਚੱਲਦੀ ਹੋਈ ਡੱਕ ਲੈਣ ਦੀ ਮੈਦਾਨ ਦੇ ਅੰਦਰ। ਲਓ ਸੱਜੇ ਖੱਬੇ ਹੁੰਦਾ ਹੋਇਆ ਇੱਕ ਪਾਸੇ ਨਰਵੈਰ ਜੋਗੇਵਾਲੀ ਦਾ ਕੋਸ਼ਿਸ਼ ਕਰਦਾ ਹੋਇਆ, ਪਰ ਦੂਸਰੇ ਪਾਸੇ ਨਿਰਭੈ, ਇੱਕ ਪਾਸੇ ਨਰਵੈਰ ਦੂਸਰੇ ਪਾਸੇ ਨਿਰਭੈ। ਜਹੇਦਾਰ ਹਰਦੇਵ ਸਿੰਘ ਜੀ ਬਾਘਾ ਪੁਰਾਣਾ, ਹਰਜਿੰਦਰ ਸਿੰਘ ਜੀ ਸ਼ੇਰਾ ਫਗਵਾੜੇ ਵਾਲੇ ਯੂਕੇ, ਹੁਣ ਯੂਕੇ ਤੋਂ ਵਿਸ਼ੇਸ਼ ਤੌਰ 'ਤੇ ਉਹ ਟੂਰਨਾਮੈਂਟ ਵੇਖਣ ਆਏ ਨੇ, ਉਹਨਾਂ ਦਾ ਵੀ ਟੂਰਨਾਮੈਂਟ ਕਮੇਟੀ ਵੱਲੋਂ ਇੱਥੇ ਪਹੁੰਚਣ 'ਤੇ ਧੰਨਵਾਦ ਕੀਤਾ ਜਾਂਦਾ ਹੈ। ਜੀ ਹਾਂ, ਸਿੱਖ ਚੈਨਲ ਇੰਗਲੈਂਡ ਵੱਲੋਂ ਵੀ ਵਿਸ਼ੇਸ਼ ਤੌਰ 'ਤੇ ਜਿਹੜਾ ਕਵਰੇਜ ਕੀਤੀ ਜਾ ਰਹੀ ਹੈ ਸਮੁੱਚੇ ਯੂਰਪ ਇੰਗਲੈਂਡ ਦੇ ਵਿੱਚ ਦਿਖਾਇਆ ਜਾਵੇਗਾ। ਇਹ ਕਬੱਡੀ ਦਾ ਬਹੁਤ ਵੱਡਾ ਆਰਥਿਕ, ਸਿੱਖ ਚੈਨਲ ਇੰਗਲੈਂਡ ਦਾ ਵੀ ਬਹੁਤ ਬਹੁਤ ਧੰਨਵਾਦ ਸਰ ਮੱਖਣ ਸਿੰਘ ਜੀ ਯੂਕੇ ਵਾਲੇ, ਗੁਰਤੇਜ ਸਿੰਘ ਜੀ ਯੂਕੇ ਤੇ ਸੁਖਦੇਵ ਸਿੰਘ ਜੀ ਸੰਧੂ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਿਸ਼ੇਸ਼ ਤੌਰ 'ਤੇ। ਲਓ ਅਗਲੀ ਕਬੱਡੀ ਦੇਖ ਲਿਆ ਵੀ ਬੀਤਾ ਖੋਸੇ ਰੰਗ ਤੀਰ ਵਾਲਾ ਰੇਸ਼ਮ ਸਿੰਘ। ਹੈਲੋ ਰੇਸ਼ਮ ਸਿੰਘ ਮਨੀਲਾ ਤੇ ਸੇਵਕ ਸਿੰਘ ਮਨੀਲਾ ਵਾਲੇ, ਉਹਨਾਂ ਦਾ ਪਰਿਵਾਰ ਚੋਂ ਕੋਈ ਆਏ ਨੇ ਗੁਰੂ ਪਿਆਰੇ, ਉਹ ਕਿਰਪਾ ਕਰਕੇ ਆ ਕੇ ਆਪਣਾ ਸਨਮਾਨ ਚ ਲੈ ਲੈਣ। ਮਨਪ੍ਰੀਤ ਸਿੰਘ ਆ ਪੁੱਠੀਆ ਸ਼ਾਲਾ ਨੌਜਵਾਨ ਤੇਰੇ ਪਾਸੇ, ਆ ਵੀ ਦੇਖ ਰਿਹਾ ਵੀ ਪੁੱਠੀ ਸ਼ਾਲ ਲੱਗਦੀ ਹੋਈ ਮੈਦਾਨ ਦੇ ਵਿੱਚ ਗਗਨ ਜੋਗੇ ਵਾਲੀ ਆ, ਕਬੱਡੀ ਪਾਉਣ ਦੇ ਵਾਸਤੇ ਅੱਗੇ ਵੱਧਦਾ ਹੋਇਆ, ਬਹੁਤ ਜਾਨਦਾਰ ਖਿਡਾਰੀਆਂ ਦੇ ਤੌਰ ਤੇ ਨਾਮ ਹੁਣ ਕਹਿੰਦੇ ਵੀ ਸੁਪਰਦਾਰ ਸੁਪਰ ਦੇ ਨਾਲ ਮੁਕਾਬਲਾ ਚੱਲਦਾ ਹੋਇਆ ਹੋਗੀ ਬੱਲੇ ਬੱਲੇ, ਇੱਕ ਪਾਸੇ ਏਕਮ ਦੂਸਰੇ ਪਾਸੇ ਨੌਜਵਾਨ ਗਗਨ ਜੋਗੇ ਵਾਲਾ ਚੱਲ ਰਿਹਾ, ਨਾਲ ਦੋ ਖਿਡਾਰੀਆਂ ਦੇ ਨਾਲ ਚੱਲਦਾ ਹੋਇਆ ਮੁਕਾਬਲਾ। ਗਗਨ ਜੋਗੇ ਵਾਲੀਆਂ ਦੇ ਲਈ, ਗਗਨ ਜੋਗੇ ਵਾਲੀਆਂ ਦੇ ਪਾਸੇ ਮਾਨ ਸਨਮਾਨ ਤੇ ਸੇਵਕ ਸਿੰਘ ਮਨੀਲਾ ਸਟੇਜ ਤੇ ਪਹੁੰਚਣਾ, ਉਹਨਾਂ ਦਾ ਸਨਮਾਨਿਤ ਕਰਨਾ ਰੇਸ਼ਮ ਸਿੰਘ ਤੇ ਸੇਵਕ ਸਿੰਘ ਮਨੀਲਾ ਵਾਲੇ। ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੋਠਾ ਮੈਦਾਨ ਦੇ ਵਿੱਚ ਬੱਚਾ ਹੋਇਆ ਕਬੱਡੀ ਦਾ ਖਿਡਾਰੀ, ਵਿਸ਼ਵੇਸ਼ ਕਬੱਡੀ ਕਲੱਬ ਕਪੂਰਥਲੇ ਵੱਲੋਂ ਗੋਤਾ ਸਿੰਘ ਵਾਲੇ ਦਾ ਮੋਠ। ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਡੇ ਸਾਬਕਾ ਪ੍ਰਧਾਨ ਸਾਹਿਬ ਨੇ, ਜੋ ਹੁਣ ਇੰਗਲੈਂਡ ਦੀ ਧਰਤੀ ਤੇ ਪਹੁੰਚ ਗਏ ਨੇ, ਉਹਨਾਂ ਦਾ ਹੁਣੇ ਹੁਣੇ ਉੱਥੋਂ ਫੋਟੋ ਆਇਆ ਤੇ ਪਹਿਲਾਂ ਉਹਨਾਂ ਦੇ ਭਰਾ ਨੇ 5000 ਰੁਪਏ ਦੀ ਇਸ ਸੇਵਾ ਜਿਹੜੀ ਆ ਉਹ ਪਹੁੰਚਦੀ ਕਰ ਦਿੱਤੀ ਹੈ ਅਤੇ ਨਾਲ ਦੀ ਨਾਲ ਉਹ ਵਧਾਈਆਂ ਦੇ ਰਹੇ ਨੇ ਕਿ ਪੂਰੇ ਇੰਗਲੈਂਡ ਦੀ ਧਰਤੀ ਤੇ ਬੜੇ ਜੋਸ਼ੋ ਖਰੋਸ਼ ਨਾਲ ਨੌਜਵਾਨ ਇਸ ਟੂਰਨਾਮੈਂਟ ਨੂੰ ਵੇਖ ਰਹੇ ਨੇ। ਬਹੁਤ ਬਹੁਤ ਧੰਨਵਾਦ ਸਾਰੇ ਸਹਿਯੋਗੀਆਂ ਦਾ। ਨਾ ਉਹਦੇ ਪਾਸੇ ਗੋਪੀ ਫਿਰ ਕੋਸ਼ਿਸ਼ ਕਰਦਾ ਹੋਇਆ ਪੰਜਾਬ ਲਾਈਵ ਵਨ ਡਾਟ ਕਾਮ ਦੇ ਥਰੂ ਜੋ ਹੈ ਲਾਈਵ ਜੁੜੀ ਆਨੰਦ ਮਾਰਦੀ ਹੋਈ, ਖਾਲਸਾ ਲਾਈਵ ਸਾਊਂਡ ਸਰਵਿਸ ਦੇ ਅਮਰੀਕ ਸਿੰਘ ਜੀ ਉਹਨਾਂ ਦਾ ਵੀ ਬਰਾੜ ਜੀ ਸਾਡੇ ਗੋਪੀ ਸਟੂਡੀਓ ਵਾਲੇ। ਸਰਦਾਰ ਮਹਿੰਦਰ ਸਿੰਘ ਜੀ, ਸਰਬ ਸਰਦਾਰ ਕੇਰ ਸਿੰਘ ਜੀ ਪੱਤੀ ਰੂਪਾ, ਸਰਦਾਰ ਜਗਸੀਰ ਸਿੰਘ ਸੀਰਾ ਮੈਂਬਰ ਪੰਚਾਇਤ ਹੈ, ਉਹਨਾਂ ਦੇ ਪਿਤਾ ਜੀ ਨੇ ਸਰਦਾਰ ਮਹਿੰਦਰ ਸਿੰਘ, ਉਹਨਾਂ ਨੇ 10000 ਰੁਪਏ ਦੀ ਸੇਵਾ ਦਿੱਤੀ ਸੀ, ਉਹਨਾਂ ਨੂੰ ਵੀ ਸਨਮਾਨ ਦਿੱਤਾ ਜਾ ਰਿਹਾ। ਸਰਦਾਰ ਗੁਰਪ੍ਰੀਤ ਸਿੰਘ ਜੀ ਜਿਹੜੇ ਸਿੱਖ ਚੈਨਲ ਵਾਲੇ ਨੇ,
ਸਰਦਾਰ ਗੁਰਪ੍ਰੀਤ ਸਿੰਘ ਪ੍ਰਿੰਸ ਸਿੱਖ ਚੰਨੀ ਵਾਲੇ ਉਹ ਵੀ ਇੱਥੇ ਪਹੁੰਚੇ ਨੇ, ਉਹਨਾਂ ਨੂੰ ਵੀ ਸਨਮਾਨ ਦਿੱਤਾ ਜਾ ਰਿਹਾ ਕਮੇਟੀ ਵੱਲੋਂ ਜੀ ਆਇਆਂ ਨੂੰ। ਇਸ਼ਾਰਾ ਕਰਦੇ ਹੋਏ ਕਿ ਭਾਰਤ ਵਿਸ਼ਵੇਸ਼ ਕਬੱਡੀ ਕਲੱਬ ਕਪੂਰਥਲਾ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਬਹੁਤ ਤਗੜਾ ਮੈਚ ਖੇਡਿਆ ਜਾ ਰਿਹਾ ਮੈਦਾਨ ਦੇ ਵਿੱਚ। ਵੱਖ ਵੱਖ ਅੰਦਾਜ਼ ਦੇ ਵਿੱਚ ਖੇਡਦੇ ਹੋਏ ਕਬੱਡੀ ਦੇ ਖਿਡਾਰੀ ਆਓ, ਅਗਲੀ ਕਬੱਡੀ ਹਰਜੀਤ ਸਿੰਘ ਤੋਤਾ ਸਿੰਘ ਵਾਲਾ ਪਿੰਡ ਹੈ ਸੋਢੀ, ਆਖਰ ਪਿਆਰ ਦੇ ਉਸ ਖਿਡਾਰੀ ਨੂੰ ਫਿਰ ਕੋਸ਼ਿਸ਼ ਕਰਦਾ ਸਾਡੇ ਕਦਰੀ ਬਗਲ ਭਰੀ ਗਈ ਵੱਜ ਗਈ ਕੈਂਚੀ ਹੰਡੇ ਦੂਰ ਹੁੰਦੇ ਹੋਏ ਨਾਲ ਸਮਾਂ ਬੀਤਦਾ ਹੋਇਆ ਮੋਗਾ ਦੀ ਟੀਮ ਦੇ ਹਿੱਸੇ ਆਪਣੇ ਅੰਦਾਜ਼ ਦੇ ਵਿੱਚ ਕਈ ਜਾਫੀ ਨੇ ਲੱਤੀ ਲੱਗ ਜਾਂਦੇ ਤਕਨੀਕ ਨਾਲ, ਕਈ ਕਰਦੇ ਖੁੱਚ ਨੇ ਜੀ, ਕਈ ਪਕੜਨੇ ਦੇ ਗਿੱਟਿਆਂ ਤੋਂ, ਕਈ ਆਉਂਦਿਆਂ ਹੀ ਲੈਂਦੇ ਪੁੱਛ ਨੇ ਜੀ, ਕਈ ਗੁੱਡ ਨੂੰ ਫੜ ਕੇ ਲਾਉਣ ਕੈਂਚੀ, ਕਈ ਬਾਹਰ ਕੱਢਣ ਮਾਰ ਕੇ ਪੁੱਛ ਰਹੇ ਜੀ, ਰੱਜ ਹੇੜੀ ਕਈ ਲੱਕ ਨੂੰ ਪੈ ਜਾਣਾ, ਲੈਂਦੇ ਮੇਲੇ ਨੂੰ ਸੋਰੀਏ ਲੁੱਟ ਰਹੇ ਜੀ, ਲੈਂਦੇ ਮੇਲੇ ਨੂੰ ਸੋਰੀਏ ਲੁੱਟ ਰਹੇ ਜੀ। ਜਗਦੇਵ ਸਿੰਘ ਜੀ ਸੰਧੂ, ਗੁਰਮੀਤ ਸਿੰਘ ਮਾਨ, ਜਗਦੇਵ ਸਿੰਘ ਸੰਧੂ ਤੇ ਗੁਰਮੀਤ ਸਿੰਘ ਮਾਨ ਉਹਨਾਂ ਵੱਲੋਂ ਵਾਧਾ 11,000 ਰੁਪਏ ਦਾ ਜਿਹੜਾ ਸਹਿਯੋਗ ਦਿੱਤਾ ਗਿਆ ਉਹਨਾਂ ਦਾ ਸਨਮਾਨ ਦਿੱਤਾ ਜਾ ਰਿਹਾ। ਲਓ ਅਗਲੀ ਕਬੱਡੀ ਸੁੱਖਾ ਔਰ ਦੂਸਰੇ ਪਾਸੇ ਮਨਪ੍ਰੀਤ ਕੋਸ਼ਿਸ਼ ਕਰ ਰਿਹਾ ਤਾੜੀ ਵਾਲਾ ਜਫਾ ਲਾਉਣ ਦੀ, ਪਹਿਲੀ ਸਾਹੇ ਦੇ ਲਾਗੇ ਸਿਰ ਸੇ ਚੱਲ ਰਿਹਾ ਵਜਦੀ ਹੋਇਆ ਤਾੜੀਆ ਇਸ ਖਿਡਾਰੀ ਦੇ ਵਾਸਤੇ ਪੁਆਇੰਟ ਦਸ਼ਮੇਸ਼ ਕਬੱਡੀ ਕਲੱਬ ਤੋਂ ਪੁੱਛਣਾ ਦੇ ਲੱਖਾ ਸਿੰਘ ਜੋ ਕਿ ਉਹਨਾਂ ਦੇ ਲੱਖਾ ਸਿੰਘ ਨੂੰ ਬੇਨਤੀ ਹੈ ਕਿ ਪਲੀਜ਼ ਕਿਰਪਾ ਕਰਕੇ ਆ ਕੇ ਉਹ ਆਪਣਾ ਸਨਮਾਨ ਜਿਹੜਾ ਲੈਣ। ਸਿੱਖ ਚੈਨਲ ਤੋਂ ਸਰਦਾਰ ਗੁਰਪ੍ਰੀਤ ਸਿੰਘ ਦੀ ਪ੍ਰਿੰਸ ਉਹ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ, ਉਹਨਾਂ ਦਾ ਇੱਥੇ ਪਹੁੰਚਣ 'ਤੇ ਸਨਮਾਨ ਵੀ ਉਹਨਾਂ ਨੂੰ ਦਿੱਤਾ ਜਾ ਰਿਹਾ ਅਤੇ ਅਸੀਂ ਤਹਿ ਦਲ ਕਮੇਟੀ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਪੂਰੀ ਦੁਨੀਆ ਵਿੱਚ ਪੂਰੇ ਵਰਲਡ ਵਿੱਚ ਵੀ ਅੱਜ ਲੋਕ ਸਿੱਖ ਨੌਜਵਾਨ ਵੇਖ ਰਹੇ ਹਨ, ਇਹਨਾਂ ਦੀ ਵਜ੍ਹਾ ਕਰਕੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕੀਤਾ ਜਾਂਦਾ। ਲਓ ਗਗਨ ਦੀ ਕਬੱਡੀ ਪਈ ਹੋਈ ਜੋਗੇ ਵਾਲੀ ਆ, ਹਰੀਕੇ ਪੱਤਣ ਕਹਿੰਦੇ ਪ੍ਰਵਾਸੀ ਪੰਛੀ ਆ ਕੇ ਠਹਿਰਦੇ ਨੇ, ਜ਼ਿਲ੍ਹਾ ਫਿਰੋਜ਼ਪੁਰ ਦਾ ਜੀਰੇ ਦੇ ਏਰੀਆ ਦਾ ਖਿਡਾਰੀ ਔਰ ਦੂਸਰੇ ਪਾਸੇ ਆਤਮਾ ਡਾਲੇ ਵਾਲਾ ਕਿਸੇ ਗੱਲਾਂ ਦਾ ਖੇਡ ਕਹਿੰਦੇ ਬੁੱਗੀਪੁਰੀ ਆ ਸ਼ੀਰਾ ਵੀ ਵੱਡਾ ਖਿਡਾਰੀ ਹੋਇਆ ਕਰੇ ਬਦਲੀ ਦੇ ਕੀਤੇ ਦੀ ਗੱਲ। ਲਓ ਗਗਨ ਜੋਗੇ ਵਾਲੀ ਆ ਇੱਕ ਹੋਰ ਨੰਬਰ, ਇੱਕ ਹੋਰ ਨੰਬਰ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਹਰ ਸਮਾਂ ਇਸ ਮੈਚ ਦਾ ਦਸ਼ਮੇਸ਼ ਕਬੱਡੀ ਕਲੱਬ ਕਪੂਰਥਲਾ ਜੰਮੀ ਅਮਰਾ ਮੋਗਾ ਦੀਆਂ ਟੀਮਾਂ ਦੇ ਦਰਮਿਆਨ ਅੱਜ ਦਾ ਫਸਟ ਸੈਮੀ ਫਾਈਨਲ ਜਾ ਰਿਹਾ, ਸੈਕਿੰਡ ਸੈਮੀ ਫਾਈਨਲ ਮੈਚ ਦੇ ਲਈ ਹਰੋ ਸੁਰਿੰਦਰ ਸਿੰਘ ਰਾਜਾ ਜੀ ਹੈਗਾ ਉਹ ਸਟੇਜ ਤੇ ਆ ਜੀ, ਜਾਂ ਗੋਗਾ ਹੈਗਾ ਉਹ ਆ ਜੇ, ਅਸੀਂ ਉਹਨਾਂ ਦਾ ਸਨਮਾਨ ਕਰਨਾ। ਸਰਪੰਚ ਜਗਦੀਪ ਸਿੰਘ ਨੂੰ ਉਡ ਕਰਦੇ ਹਾਂ ਵੀ ਆਪਦਾ ਸਨਮਾਨ, ਮੈਚ ਕੋਈ ਨੀ ਅਸੀਂ ਵੇਖਣਾ, ਜੇ ਉਹਨੇ ਮੈਚ ਵੇਖਣਾ ਤਾਂ ਇਕੱਠੀ ਵੇਖ ਮੈਚ ਆਪਾਂ ਕਰਾਉਂਦੇ ਰਹਿੰਦੇ ਵੇਖਦੇ ਰਹੇ, ਹੁਣ ਵੀ ਆ ਗਏ ਸਾਡੇ ਕੋਲ 16 ਤੇ 17 ਤਰੀਕਾਂ ਹੋਣਗੀਆਂ ਬਰਬਰ ਦੇ ਖੇਡ ਮੇਲੇ ਦੀਆਂ। ਮੇਰੇ ਬਿਲਕੁਲ ਲਾਗੇ ਪ੍ਰੀਤਮ ਸੰਸਪੁਰੀ ਆ, ਪ੍ਰੀਤਮ ਸਿੰਘ ਹੱਥ ਖੜਾ ਕਰ ਨੌਜਵਾਨ, ਲੋਕ ਫੈਨ ਨੇ ਤੇਰੀ ਖੇਡ ਦੇ, ਤਾੜੀਆਂ ਮਾਰਦੇ ਦਰਸ਼ਕ ਵੀਰ। ਇਹ ਸੰਸਪੁਰੀ ਆ ਪ੍ਰੀਤਮ ਹੈ ਮਾਨ ਕਬੱਡੀ ਦਾ ਖਿਡਾਰੀ ਜਿਸਨੇ ਬਹੁਤ ਵੱਡੇ ਪੱਧਰ ਦਾ ਪ੍ਰਦਰਸ਼ਨ ਕੀਤਾ ਦੁਨੀਆ ਦੇ ਖੇਡ ਮੈਦਾਨਾਂ ਦੇ ਅੰਦਰ। ਬਰਬਰ ਦੇ ਵਿੱਚ 16-17 ਤਰੀਕਾਂ ਹੋਣਗੀਆਂ ਬਹੁਤ ਵੱਡਾ, ਉਹਨਾਂ ਦੇ ਇੱਥੇ ਰਿਸ਼ਤੇਦਾਰ ਆਏ ਨੇ ਉਹ ਕਿਰਪਾ ਕਰਕੇ ਆ ਕੇ ਸਟੇਜ ਦੇ ਮਗਰ ਉਹਨਾਂ ਨੂੰ ਮਿਲ ਲੈਣ। ਹਰ ਸਮੇਂ ਤੱਕ
ਵਿਸ਼ੇਸ਼ ਕਬੱਡੀ ਕਲੱਬ ਕਪੂਰਥਲਾ ਦੇ 13 ਨੰਬਰ ਸਨ ਔਰ ਅੰਬੀ ਹਥੂਰ ਦੇ ਜੋ ਹੈ ਉਹ 18.5 ਨੰਬਰ ਸਨ ਹਰ ਸਮੇਂ ਤੱਕ 13 ਤੇ 18.5 ਦਾ ਆਂਕੜਾ ਸੀਗਾ ਹਰ ਸਮੇਂ ਤੱਕ। ਜਗਰੂਪ ਸਿੰਘ ਜੀਰੇ ਵਾਲਾ ਹੈਂਡੀਕੈਪਟ ਹੈ, ਗਰਾਊਂਡ ਦਾ ਚੱਕਰ ਵੀ ਲਗਾਵੇਗਾ, ਸੋ ਇਹਨਾਂ ਦੀ ਆਪਾਂ ਵੱਧ ਤੋਂ ਵੱਧ ਹੌਸਲਾ ਅਫਜ਼ਾਈ ਕਰੀਏ ਨਾਲ ਸੁਖਰ ਦਾਸੇ ਵਾਲਾ। ਅਗਲੀ ਕਬੱਡੀ ਪਾਉਣ ਵਾਲੀ ਮੈਦਾਨ ਹੋਰ ਵੱਧਦਾ ਹੋਇਆ ਕੁਲਵਿੰਦਰ ਸਿੰਘ ਭਾਈ ਕੁਲਵਿੰਦਰ ਸਿੰਘ ਜੀ USA ਉਹਨਾਂ ਦਾ ਸਨਮਾਨ ਹੋਇਆ। ਸੁਰਿੰਦਰ ਸਿੰਘ ਰਾਜਾ ਇਹਨਾਂ ਦਾ ਛੋਟਾ ਭਰਾ ਲੱਖਾ ਜਿਹੜਾ ਸਾਡੇ ਨਾਲ ਬਹੁਤ ਟੂਰਨਾਮੈਂਟ ਵਿੱਚ ਸਹਿਯੋਗ ਦਿੰਦਾ ਰਿਹਾ, ਪ੍ਰਧਾਨ ਰਿਹਾ ਕਲੱਬ ਦਾ, ਉਹ ਅੱਜ ਕੱਲ੍ਹ UK ਵਿੱਚ ਹੈ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। UK ਦੀ ਸਮਿਤੀ ਕਮੇਟੀ ਇੰਟਰਨੈਸ਼ਨਲ ਪੰਚਕਦਾਰ ਜੋ ਕਮੇਟੀ ਨੂੰ 75,000 ਰੁਪਈਆ ਦੂਸਰਾ ਨਾਮ ਲੈ ਕੇ ਆਏ ਨੇ, ਉਹਨਾਂ ਦਾ ਸਨਮਾਨ ਵੀ ਹੋ ਰਿਹਾ ਅਤੇ ਉਹ ਕਮੇਟੀ ਨੂੰ 75,000 ਰੁਪਈਆ ਵੀ ਦੇ ਰਹੇ ਨੇ। ਬਹੁਤ ਬਹੁਤ ਧੰਨਵਾਦ। ਅਗਲਾ ਮੈਚ ਹਰਜੀਤ ਤਲਵਾਰ ਕਲੱਬ ਅਤੇ ਚੜ੍ਹਦੀ ਕਲਾ ਕਬੱਡੀ ਕਲੱਬ ਜਲੰਧਰ ਅਗਲਾ ਮੈਚ ਖੇਡਣ ਦੇ ਲਈ ਦੋਵੇਂ ਟੀਮਾਂ ਗਰਾਊਂਡ ਦੇ ਲਾਗੇ ਪੁੱਜਣਗੀਆਂ। ਸੈਕਿੰਡ ਸੈਮੀ ਫਾਈਨਲ ਚੜ੍ਹਦੀ ਕਲਾ ਕਬੱਡੀ ਕਲੱਬ ਜਲੰਧਰ ਤੇ ਹਰਜੀਤ ਤਲਵਾਰ ਕਲੱਬ ਜਗਰਾਓ। ਜੀਰੇ ਵਾਲਾ ਜਗਰੂਪ ਸਿੰਘ ਗਰਾਊਂਡ ਦਾ ਚੱਕਰ ਲਗਾ ਰਿਹਾ, ਇਸ ਸਮੇਂ ਇੱਕ ਲੱਤ ਹੈਂਡੀ ਕੈਪਟ ਹੈ, ਇੱਕ ਲੱਤ ਬੰਨੀ ਹੋਈ ਹੈ। ਆਓ ਇਧਰ ਪਾਸੇ ਸੁੱਖਾ ਸਾਫੂ ਵਾਲੇ ਦਾ ਇੱਕ ਹੋਰ ਨੰਬਰ ਆਪਣੀ ਟੀਮ ਦੇ ਲਈ। ਆ ਗਈ ਜਵਾਨੀ ਵਿੱਚ ਗਰਾਊਂਡਾਂ ਦੇ ਕਰਦੀ ਮਾਰੋ ਮਾਰ ਮਿੱਤਰੋ, ਹਰ ਗੱਭਰੂ ਬਣ ਮਾਂ ਖੇਡ ਕਬੱਡੀ ਦਾ ਸਰਦਾਰ ਮਿੱਤਰ, ਜਿਹੜੇ ਗੱਭਰੂ ਰਹਿ ਨਸ਼ਿਆਂ ਤੋਂ ਦੂਰ ਸੱਚੇ ਮਨ ਨਾਲ ਮਿਹਨਤਾਂ ਲਾਉਂਦੇ, ਕਹੇ ਸੁਖਰਾਜ ਰੋਡਿਆਂ ਦਾ, ਕਿ ਉਹ ਗੱਭਰੂ ਹਰ ਮੈਦਾਨੇ ਛਾਉਂਦੇ, ਕਹੇ ਸੁਖਰਾਜ ਰੋਡਿਆਂ ਦਾ, ਉਹ ਹਰ ਗੱਭਰੂ ਮੈਦਾਨੇ ਜੋ ਹੈ ਉਹ ਛਾਉਂਦੇ ਨੇ। ਜਿਹੜੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿੰਦੇ ਨੇ, ਇਹਨਾਂ ਖੇਡ ਮੈਦਾਨਾਂ ਦਾ ਅੱਗੇ ਸ਼ਿੰਗਾਰ ਬਣਦੇ ਨੇ। ਕਈ ਖੇਡਣ ਸ਼ੌਕ ਨੂੰ ਕਈ ਮਾਰੇ ਰੋਟੀ ਦੇ, ਕਈ ਕਰ ਕਰ ਮਿਹਨਤਾਂ ਬਣ ਗਏ ਖਿਡਾਰੀ ਚੋਟੀ ਦੇ, ਕਈ ਵਿੱਚ ਮੈਦਾਨੇ ਜ਼ੋਰ ਦਿਖਾਉਂਦੇ ਨਰੋਈ ਹੱਡੀ ਦਾ, ਉਹ ਬੰਦਾ ਕੌਡੀ ਹੀਰਾ ਬਣ ਜਾਏ ਜਿਹਨੂੰ ਲੱਗ ਜਾਏ ਇਸ਼ਕ ਕਬੱਡੀ ਦਾ, ਉਹ ਬੰਦਾ ਕੌਡੀ ਹੀਰਾ ਬਣ ਜਾਏ ਜਿਹਨੂੰ ਲੱਗ ਜਾਏ ਇਸ਼ਕ ਕਬੱਡੀ ਦਾ, ਕੌਡੀ ਤੋਂ ਹੀਰੇ ਬਣਦੇ ਨੇ ਮੈਦਾਨਾਂ ਦੇ ਅੰਦਰ। ਆਓ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵੀ ਦੇਖਦੇ ਵੀ ਸੁੱਖਾ ਟੋਟਾ ਸਿੰਘ ਵਾਲੇ ਦਾ ਅੱਗੇ ਵੱਧਦਾ ਹੋਇਆ ਕਬੱਡੀ ਦਾ ਖਿਡਾਰੀ, ਸਾਡੇ ਸੁਖਵੰਤ ਸਿੰਘ ਜੀ ਮਨੀਲਾ ਵਾਲੇ, ਗੁਰਪ੍ਰੀਤ ਸਿੰਘ ਜੀ ਸਿੱਧੂ ਮਨੀਲਾ ਤੇ ਵਿੰਦਰ ਤੇ ਲੱਕੀ ਜੀ ਮਨੀਲਾ, ਬਹੁਤ ਵੱਡਾ ਮਾਨ ਸਨਮਾਨ ਦੇ ਦਿਓ, ਮੈਂ ਆਪਣੇ ਵੱਲੋਂ ਧੰਨਵਾਦ ਕਰਦਾ। ਉੱਥੇ ਬਹੁਤ ਹੀ ਮਾਨਯੋਗ ਭਾਈ ਜਸਵੀਰ ਸਿੰਘ ਜੀ ਰੋਡੇ, ਸਾਬਕਾ ਜਥੇਦਾਰ ਅਕਾਲ ਤਖ਼ਤ ਜਗਤਾਰ ਸਿੰਘ ਜੀ ਰੋਡੇ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੰਦਰ ਜੀ ਸਾਡੇ ਪ੍ਰਧਾਨ ਜੀ, ਉਹਨਾਂ ਦਾ ਧੰਨਵਾਦ। ਪੂਜਾ ਸਿੰਘ ਜੀ ਨੰਬਰਦਾਰ, ਮੱਖਣ ਸਿੰਘ ਜੀ UK, ਗੁਰਤੇਜ ਸਿੰਘ ਜੀ UK, ਸੁਖਦੇਵ ਸਿੰਘ ਸੰਧੂ ਜੀ ਨਾਲ ਜਿੰਦਰ ਪ੍ਰਧਾਨ, ਭਾਈ ਈਸ਼ਰ ਸਿੰਘ, ਭਾਈ ਇੰਦਰਜੀਤ ਸਿੰਘ ਜੀ ਔਰ ਗੁਰਪ੍ਰੀਤ ਸਿੰਘ ਜੀ ਸਿੱਧੂ, ਸਾਰੇ ਸਾਡੇ ਸਹਿਯੋਗੀ ਨੇ ਇਹਨਾਂ ਦੇ ਵੱਖ ਵੱਖ ਦੇਸ਼ਾਂ ਤੋਂ, ਜਿਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਇਸ ਛੇਵੇਂ ਕਬੱਡੀ ਦੇ ਬਹੁਤ ਵੱਡੇ ਮਹਾਂਕੁੰਭ ਦੇ ਵਾਸਤੇ। ਲਓ ਅਗਲੀ ਕਬੱਡੀ ਦੁੱਲੇ ਦੀ ਪਈ ਹੋਈ, ਦੁੱਲਾ ਕਹਿਪੀ ਵਾਲਾ, ਇੱਕ ਮਿੰਟ ਸਾਨੂੰ ਮੈਚ ਦੇ ਦਿਓ। ਇੰਟਰਨੈਸ਼ਨਲ ਪੰਚਕਦਾਰ ਵੱਲੋਂ ਟੂਰਨਾਮੈਂਟ ਕਮੇਟੀ ਨੂੰ 75,000, ਕਮੇਟੀ ਦੇ ਪ੍ਰਧਾਨ ਸਰਪੰਚ ਹਰਜੀਤ ਸਿੰਘ ਜੀ ਅਤੇ ਬੂਟਾ ਸਿੰਘ ਜੀ ਨੰਬਰਦਾਰ, ਜਿੰਦਰ ਸਿੰਘ ਜੀ, ਬੂਟਾ ਸਿੰਘ ਜੀ ਪੱਤੀ ਰੂਪਾ ਇਹਨੂੰ ਦੇ ਰਹੇ ਨੇ, ਬਹੁਤ ਬਹੁਤ ਧੰਨਵਾਦ। ਸਿੱਧੂ ਮਨੀਲਾ ਵੱਲੋਂ 500 ਰੁਪਏ ਜੋਗੇ ਵਾਲੀਆਂ ਗਗਨ ਦੇ ਵਾਸਤੇ।
ਚਰਚਾ ਛਿੜੀ ਹੋਈ ਤੇ ਤਾਲੀਆਂ ਜਦੋਂ ਵੱਜਦੀਆਂ ਨੇ ਪਤਾ ਲੱਗਦਾ ਲੋਕਾਂ ਦੇ ਮਨ ਲੱਗਿਆ ਦਾ ਦੁਨੀਆ ਪੂਜੇ ਯੋਧਿਆਂ ਨੂੰ ਕੋਈ ਨਾਮ ਨਹੀਂ ਲੈਂਦਾ ਭੱਜਿਆਂ ਦਾ ਪੰਜੇ ਸ਼ੇਰਾਂ ਵਾਂਗਰ ਲੜਦੇ ਆ ਦੇਖੋ ਚਮਕੂ ਕੌਣ ਸਤਾਰਾ ਅੱਡੀ ਚੋਟੀ ਦਾ ਜ਼ੋਰ ਹੁਣ ਲੱਗੂਗਾ ਦੁਨੀਆ ਖੜ ਕੇ ਵੇਖੂ ਖੂਬ ਨਜ਼ਾਰਾ ਸੰਤ ਕਿਰਪਾਲ ਸਿੰਘ ਜੀ ਪੁਲੀ ਵਾਲੇ ਉਹ ਵੀ ਆਪਣਾ ਸਮਾਨ ਲੈਣਾ ਗਗਨ ਦੇਵੀ 500 ਰੁਪਏ ਦਾ ਮਾਨ ਸੇਵਾ ਸਤਵੰਤ ਮਨੀਲਾ ਮੰਦੀ ਮਨੀਲਾ ਜਗਦੇਵ ਮਨੀਲਾ ਮਾਨ ਸੇਵਾ ਜੋ ਹੈ 500 ਰੁਪਏ ਦਾ ਜੋਗੇ ਵਾਲੀ ਗਗਨ ਦੇਵੀ ਆਮ ਨੌਜਵਾਨ ਕਹਿੰਦੇ ਵੀ ਐਮ ਪੀ ਡੀ ਪੀ ਐਡ ਦੀ ਡਿਗਰੀ ਹਾਸਲ ਕਰ ਰਿਹਾ ਹੈ ਬਹੁਤ ਵਧੀਆ ਨਾਨਕ ਕੋਸ਼ਿਸ਼ ਕਰ ਰਿਹਾ ਹੈ ਏਕਮ ਦਾ ਵੀਰ ਮੈਦਾਨ ਦੇ ਵਿੱਚ ਫਲਾਉਣ ਦੀ ਪੂਰੀ ਕੋਸ਼ਿਸ਼ ਚੱਲਦੀ ਇਸ ਖਿਡਾਰੀ ਦੀ ਹੰਦੇ ਦੂਰ ਹੋਏ ਹਰ ਸਮਾਂ ਬੀਤਾ ਹੋਇਆ ਤੇ ਪੈਂਦ ਜਾਫਰੀ ਦਾ ਅੰਬੀ ਅਮਰਾ ਤੋਰੇ ਟ੍ਰੈਸ਼ ਦੇ ਵੱਡੀ ਕਲਾ ਬੋਗੇ ਦਾ ਨਾਲ ਸੁੱਕਾ ਸਾਫੂ ਵਾਲੀਆ ਕਬੱਡੀ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਵੱਧਦਾ ਹੋਇਆ ਕਬੱਡੀ ਦਾ ਖਿਡਾਰੀ ਚਾਰ ਦੇ ਪਾਸੇ ਤਿਆਰ ਨੇ ਵਿਸ਼ਵੇਸ਼ ਕਬੱਡੀ ਕਲੱਬ ਕਪੂਰਥਲਾ ਦੇ ਕੋਈ ਇੱਕ ਵਾਰੇ ਕੋਈ ਦੋ ਵਾਰੇ ਤੂੰ ਦੇਸ਼ ਕੌਮ ਤੋਂ ਸੱਤ ਵਾਰੇ ਸੱਤ ਵਾਰ ਕੇ ਕਹਿੰਦੇ ਪਾੜਾ ਮਿੱਠਾ ਲਾਗੇ ਤੇਰਾ ਸਰਬੱਤ ਸਦਾਨੀਆ ਵੇ ਤੇਰਾ ਕੌਣ ਦੇਊਗਾ ਤੇਰਾ ਸਰਬੱਤ ਸਦਾਨੀਆ ਵੇ ਤੇਰਾ ਕੌਣ ਦੇਊਗਾ ਤੇਰਾ ਨਵਾਜ਼ ਸਿੰਘ ਜੋਗੇ ਵਾਲੀਆ ਬਹਨੇਰੀ ਸਾਹ ਤਾਂ ਕਮਾਲ ਗੁਰਜੰਟ ਸਿੰਘ ਜੀ ਪੁੱਟੋ ਨੂੰ ਬੇਨਤੀ ਆ ਵੀ ਉਹ ਸਟੇਜ ਤੇ ਆਉਣ ਅਤੇ ਆਪਣਾ ਸਨਮਾਨ ਲੈਣ ਗੁਰਜੰਟ ਸਿੰਘ ਜੀ ਪੁੱਟੋ ਕਲਵੰਤ ਸਿੰਘ ਜੀ ਗੈਲ ਸਾਹਿਬ ਵੀ ਆ ਜਾਣ 100 ਰੁਪਇਆ ਨਿਰਵੈਰ ਜੋਗੇ ਵਾਲੀਆਂ ਦੇ ਲਈ ਸਤਵੰਤ ਸਿੰਘ ਜੀ ਮਨੀਲਾ ਵੱਲੋਂ ਔਰ ਨਾਲ ਉਹਨਾਂ ਦੇ ਜੁੱਤੀ ਸਿੰਘ ਜੀ ਸਿੱਧੂ ਮਨੀਲਾ ਵੱਲੋਂ ਮਾਨਸਾ ਨਿੰਦੀ ਜੋੜਾ ਵੱਲੋਂ ਜੋ ਹੈ ਉਹ 100 ਰੁਪਏ ਦਾ ਦਿੱਤਾ ਜਾ ਰਿਹਾ ਹੈ ਨਿਰਵੈਰ ਜੋਗੇ ਵਾਲੀਆਂ ਦੇ ਕਮੇਟੀ ਮੈਂਬਰੋਂ ਬੇਨਤੀ ਆ ਵੀ ਇਹ ਖਿਡਾਰੀ ਦਾ ਪਤਾ ਕਰੋ ਥੋੜ੍ਹੀ ਸੱਟ ਲਾ ਗਈ ਚਲੋ ਠੀਕ ਆ ਪ੍ਰੀਤਮ ਸਿੰਘ ਪੰਜਾਬੀਆਂ ਦੇ ਖੇਡ ਦੇ ਹੁਣ ਹੁੰਦੇ ਨੇ ਫਿਲ ਚਰਚੇ ਪੂਰੇ ਚਰਚੇ ਨੇ ਕਬੱਡੀ ਦੇ ਦੁਨੀਆ ਦੇ ਵਿੱਚ ਅਗਲੀ ਕਬੱਡੀ ਦੇਖ ਰਹੇ ਵੀ ਬੀਤਾ ਨੌਜਵਾਨ ਖੁਸ਼ ਰਮ ਧੀਰ ਵਾਲਾ ਕਬੱਡੀ ਪਾਉਣ ਦੇ ਵਾਸਤੇ ਅੱਗੇ ਵੱਧਦਾ ਹੋਇਆ ਕਬੱਡੀ ਦਾ ਖਿਡਾਰੀ ਚਾਰ ਇਧਰੇ ਪਾਸੇ ਬਹੁਤ ਕਮਾਲ ਦੇ ਖਿਡਾਰੀ ਨੇ ਵਿਸ਼ੇਸ਼ ਕਬੱਡੀ ਕਲੱਬ ਕਪੂਰਥਲਾ ਦੇ ਬਹੁਤ ਪਈ ਹੋਈ ਕਬੱਡੀ ਖੁਸ਼ ਰਮ ਧੀਰ ਵਾਲੇ ਬੀਤੇ ਦੀ ਵਾਹਰੀ ਸਾਹ ਬਾਅਦ ਵੀ ਕੁਲਦੀਪ ਸਿੰਘ ਰਣਧੀਰ ਸਿੰਘ ਨਾਲ ਨਰਵਾਲ ਸਿੰਘ ਬਾਅਦ ਨਾਲ ਗੁਰਪ੍ਰੀਤ ਸਿੰਘ ਇਧਰੇ ਪਾਸੇ ਦੇਖ ਰਹੇ ਵੀ ਬੀਤਾ ਇਹ ਗੋਲ ਨੰਬਰ ਅੰਬੀ ਅਮਨਾ ਟੂਰ ਇੰਟਰਨੈਸ਼ਨਲ ਕਬੱਡੀ ਕਲੱਬ ਮੋਗਾ ਦੇ ਲਈ ਜੋੜਦਾ ਹੋਇਆ ਹੈਲੋ ਇੱਕੋ ਮਿੰਟ ਦਿਓ ਜੀ ਇੰਟਰਨੈਸ਼ਨਲ ਪੰਥ ਦਲ ਵੱਲੋਂ ਭਾਈ ਮਲਜੀਤ ਸਿੰਘ ਦੀ ਮਾਤਾ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਤੇ 10,000 ਰੁਪਇਆ ਉਹਨਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ ਜਿਨ੍ਹਾਂ ਦਾ ਪੁੱਤਰ ਪਿਛਲੇ 12 ਸਾਲਾਂ ਤੋਂ ਜੰਮੂ ਦੀ ਜੇਲ੍ਹ ਵਿੱਚ ਬੰਦ ਹੈ ਹਥਿਆਰਿਆਂ ਤੇ ਹਮਲਾ ਕਰਨ ਦੇ ਕੇਸ 'ਚ ਉਹਨਾਂ ਤੇ ਕੇਸ ਨਾਮਜ਼ਦ ਕੀਤਾ ਗਿਆ ਭਾਈ ਮਲਜੀਤ ਸਿੰਘ ਉਹਨਾਂ ਦੀ ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਆਤਮਾ ਸਿੰਘ ਜੀ ਰੋਲੇ ਉਹਨਾਂ ਦਾ ਸਨਮਾਨ ਹੋ ਰਿਹਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਮੇਰਾ ਨਾਲ ਦੁਲਾ ਢੈਬੀ ਵਾਲਾ ਇੱਕ ਹੋਰ ਨੰਬਰ ਆਪਣੀ ਟੀਮ ਦੇ ਵਾਸਤੇ ਦੇਖ ਰਹੇ ਨੇ ਜੋੜ ਰਿਹਾ ਮੈਦਾਨ ਦੇ ਅੰਦਰ ਗੁਰਜੰਟ ਸਿੰਘ ਜੀ ਪੁੱਟੋ ਜਿਨ੍ਹਾਂ ਨੇ ਸਾਨੂੰ 21,000 ਦਾ ਸਨਮਾਨ ਵੀ ਕੀਤਾ ਕਮੇਟੀ ਨੂੰ ਸੱਦਾ ਦਿੱਤੀ ਆ ਅਤੇ ਉਹਨਾਂ ਦਾ ਸਨਮਾਨ ਹੋ ਰਿਹਾ ਗੁਰਜੰਟ ਸਿੰਘ ਜੀ ਪੁੱਟੋ ਰੋਡੇ ਜਗਦੀਪ ਸਿੰਘ ਜੀ ਤੁਸੀਂ ਵੀ ਆ ਜਾਓ ਹੁਣ ਬਾਹਲਾ ਨਾ ਘੁਆਓ ਸਾਡੇ ਕੋਲ ਟਾਈਮ ਬਹੁਤ ਘੱਟ ਆ ਤੁਸੀਂ ਆ ਜਾਓ ਕਿਰਪਾ ਕਰਕੇ ਕਲਵੰਤ ਸਿੰਘ ਜੀ ਇਹਨਾਂ ਨੇ 11,000 ਰੁਪਏ ਸਾਨੂੰ ਕਮੇਟੀ ਨੂੰ ਦਿੱਤਾ ਜੀ ਸਰਪੰਚ
ਹਰਵਿੰਦਰ ਸਿੰਘ ਜੀ ਕਾਲੇ ਕੇ ਇਹ ਟੂਰਨਾਮੈਂਟ ਕਮੇਟੀ ਨੂੰ ਦਾਨ ਕਰਦੇ ਨੂੰ ਬਹੁਤ ਬਹੁਤ ਧੰਨਵਾਦ। ਜਗਦੇਵ ਕੁਮਾਰ ਮਨੀਲਾ ਤੇ ਮਨਦੀਪ ਮਨੀਲਾ ਬਹੁਤ ਵੱਡਾ ਮਾਨ ਸਨਮਾਨ ਇਹਨਾਂ ਵੀਰਾਂ ਨੂੰ ਮਿਲਣਾ। ਸੁੱਖਾ ਤੋਤਾ ਸਿੰਘ ਵਾਲੇ ਦਾ ਅਗਲੀ ਕਬੱਡੀ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਧਾ ਹੋਇਆ ਕਬੱਡੀ ਦਾ ਖਿਡਾਰੀ ਵਿਸ਼ੇਸ਼ ਕਬੱਡੀ ਕਲੱਬ ਕਪੂਰਥਲਾ ਵੱਲੋਂ ਕਿ ਚਾਰ ਪੁੱਤ ਵਾਰੇ ਪੰਜਵੀਂ ਮਾਂ ਵਾਰੀ ਛੇਵਾਂ ਬਾਪ ਵਾਰਿਆ ਸੱਤਵਾਂ ਆਪ ਵਾਰਿਆ ਸੱਤ ਵਾਰ ਕੇ ਕਹਿੰਦੇ ਪਾਣਾ ਮਿੱਠਾ ਲਾਗੇ ਤੇਰਾ ਸਰਬੱਤ ਸਦਾਨੀਆਂ ਦੇ ਦੇਣਾ ਕੌਣ ਦੇਊਗਾ ਤੇਰਾ। ਲਓ ਮੈਦਾਨ ਦੇ ਵਿੱਚ ਦੇਖਦੇ ਵੀ ਸੁਖੇ ਦੀ ਪਈ ਹੋਈ ਕਬੱਡੀ ਦੇ ਉੱਪਰ ਬਹੁਤ ਵਧੀਆ ਕੋਸ਼ਿਸ਼ ਕਰਦਾ ਹੋਇਆ ਆਤਮਾ ਡਾਲੇ ਪਿੰਡ ਵਾਲਾ ਜਫਾ ਲਾਉਣ ਦੀ ਬਹੁਤ ਰੱਜ ਕੋਸ਼ਿਸ਼ ਕਰਾਰੀ ਦੀ। ਮਾਸਟਰ ਬਲਤੌਰ ਸਿੰਘ ਨੂੰ ਬੇਨਤੀ ਹੈ ਵੀ ਉਹ ਵੀ ਆਪਦਾ ਸਨਮਾਨ ਲੈਣ। ਮਾਸਟਰ ਬਲਤੌਰ ਸਿੰਘ ਜੀ ਇਹਨਾਂ ਨੇ ਸਾਨੂੰ 21,000 ਰੁਪਈਆ ਦਿੱਤਾ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮਾਸਟਰ ਬਲਤੌਰ ਸਿੰਘ ਜੀ। ਸਿੰਘ ਜੀ ਸੀਤਾ ਪੱਤੀ ਬਾਦਲ ਬਾਬਾ ਕਿੰਦਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਪੱਲੋ ਗੁਰਦੇਵ ਸਿੰਘ ਜੀ ਜੂਕੇ ਜਿਵੇਂ ਮੈਂ ਨਾਂ ਬੋਲਿਆ ਕਿਰਪਾ ਕਰਕੇ ਮਾਸਟਰ ਬਲਤੌਰ ਸਿੰਘ ਨਾਰਾਇਣ ਜੋਗੇ ਵਾਲੀਆ ਸੋਨੀ ਮਨੀਲਾ ਨੂੰ ਬੇਨਤੀ ਆ ਵੀ ਤੁਸੀਂ ਵੀ ਆ ਜਾਓ। ਦਰਸ਼ਨ ਸਿੰਘ ਜੀ ਸਰਪੰਚ ਟੀਵੀਗੜ੍ਹ ਰੋਡੇ ਖੁਰਦ ਦਰਸ਼ਨ ਸਿੰਘ ਸਰਪੰਚ ਰੋਡੇ ਖੁਰਦ ਸੋਨੀ ਮਨੀਲਾ ਜਿਹਨਾਂ ਨੇ 11,000 ਕਮੇਟੀ ਦਾ ਸਨਮਾਨ ਕੀਤਾ ਉਹਨਾਂ ਨੂੰ ਸਨਮਾਨ ਕਰ ਰਹੇ ਨੇ ਸਿੰਘ ਸਾਹਿਬ ਜੀ ਨੂੰ। ਗੁਰਪ੍ਰੀਤ ਸਿੰਘ ਭਲਾਣੇ ਵਾਲਾ ਗੋਪੀ ਬਾਦ ਵਧੀਆ ਜੱਫਾ ਲਾਉਂਦਾ ਹੋਇਆ ਮੈਦਾਨ ਦੇ ਅੰਦਰ। ਗੁਰਮੀਤ ਸਿੰਘ ਜੀ ਡਰਾਈਵਰ ਆ ਸਿੰਘ ਸਾਹਿਬ ਜੀ ਦਾ, ਉਹਨਾਂ ਨੂੰ ਬੋਲਦੀ ਹੈ ਵੀ ਉਹ ਸਟੇਜ ਤੇ ਆਉਣ ਸਿੰਘ ਸਾਹਿਬ ਜੀ। ਗਗਨ ਜੋਗੇ ਵਾਲੀਆ ਫਿਰ ਕਬੱਡੀ ਪਾਉਂਦਾ ਹੋਇਆ ਐਵੇਂ ਨੀ 500 ਜਣਾ ਮਾਨ ਸਨਮਾਨ ਸਤਵੰਤ ਨੇ ਮਨਦੀਪ ਜੀ ਉਹਨਾਂ ਨੇ ਜਗਦੇਵ ਕੁਮਾਰ ਜੀ ਉਹਨਾਂ ਨੇ 500 ਜਣਾ ਮਾਨ ਸਨਮਾਨ ਕੀਤਾ ਇਸ ਖਿਡਾਰੀ ਦਾ। ਨਾ ਦੂਸਰੇ ਪਾਸੇ ਨਾਨਕ ਗਗਨ ਜੋਗੇ ਵਾਲੀਆ ਜੋ ਕਦੀ ਕੈਨੇਡਾ ਤੇ ਕਦੀ ਪਾਕਿਸਤਾਨ ਦੇ ਵਿੱਚ ਖੇਡਦਾ ਇਹ ਨੌਜਵਾਨ ਬਾਹਰ ਦਾ ਵਾਧਾ ਆਪਣੀ ਟੀਮ ਦੇ ਵਾਸਤੇ। ਅਗਲੀ ਕਬੱਡੀ ਫਿਰ ਦੇਖਾਂਗੇ ਵੀ ਬੀਤੇ ਦੀ ਪਈ ਹੋਈ ਬੀਤਾ ਵੀ ਬੜਾ ਤੇਜ਼ ਖਿਡਾਰੀ ਹੈ ਬਾਬਾ ਦਾ ਬੜਾ ਸ਼ੇਰਾ ਖਿਡਾਰੀ ਹੈ ਲੋਹੇ ਜਿਹੇ ਪਾਟੇ ਹੋਏ ਮਾਰ ਮਾਰ ਥਾਪੀਆਂ ਛਾਤੀਆਂ ਨਾ ਚਾਹਣ ਜਦੋਂ ਗਜਾਂ ਵਿੱਚ ਨਾਪੀਆਂ ਲਾਲੀ ਪੈਂਦੀ ਪਿੰਡਿਆਂ ਤੇ ਗਿੱਠ ਗਿੱਠ ਚਾੜਦੀ ਹਾਰਿਆਂ ਚ ਲੱਥਦੀ ਨੀ ਦੁੱਧ ਵਾਲੀ ਕਾੜਦੀ ਇਹਦਾ ਖਾ ਕੇ ਖੁਰਾਕਾਂ ਹੈ ਸਰੀਰ ਪਹਿਲਾਂ ਪਾਲਣਾ ਸੌਖੀ ਨੀ ਕਬੱਡੀ ਖੇਡਣੀ ਘਾਲਣੀ ਪੈਂਦੀ ਬੜੀ ਘਾਲਣਾ ਰੱਬ ਵਾਂਗੂ ਪੈਂਦੇ ਫਿਰ ਪੂਜਣੀ ਮੈਦਾਨ ਜੀ ਤਾਂ ਜਾ ਕੇ ਪੈਂਦੀ ਹੈ ਸਰੀਰਾਂ ਵਿੱਚ ਜਾਨ ਜੀ ਮਾੜਾ ਮੋਹਾ ਮਿਲਦਾ ਹੈ ਫਿਰ ਪਿਆਰ ਜੱਗ ਤੇ ਮੋੜਾ ਉੱਤੇ ਬੈਠਿਆਂ ਦੇ ਵੀਜੇ ਨਹੀਂ ਲੱਗਦੇ ਮੋੜਾ ਉੱਤੇ ਬੈਠਿਆਂ ਦੇ ਵੀਜੇ ਨਹੀਂ ਲੱਗਦੇ ਨਹੀਂ ਲੱਗਦੇ ਵੀਜੇ। ਨਾਲ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਦੇਖਦੇ ਵੀ ਸਮੇਂ ਸੋਢੀ ਨੌਜਵਾਨ ਤੋਤਾ ਸਿੰਘ ਵਾਲੇ ਦਾ ਕਬੱਡੀ ਪਾਉਣ ਦੇ ਵਾਸਤੇ ਅੱਗੇ ਵਧਦਾ ਹੋਇਆ ਇੱਕ ਲਾਊ ਜੱਫਾ ਮਨਪ੍ਰੀਤ ਦੇਖੇ ਵਾਲਾ ਅਮਰੀਕਾ ਤੇ ਡਾਲੇ ਵਾਲਾ ਦੇਖਦੇ ਵੀ ਆਹ ਨੌਜਵਾਨ ਆਤਮਾ ਆਓ ਕੋਈ ਹਲਕਾ ਜਿਹਾ ਪੁਸ਼ ਕਰਦਾ ਹੋਇਆ ਤੇ ਪੰਜ ਜਾਫੀ ਦਾ ਗੁਰਪ੍ਰੀਤ ਸੈਦੀ ਜੀ ਇੱਕ ਇੱਕ ਰੇਡ ਤੇ ਇੱਕ ਇੱਕ ਜੱਫੇ ਦੀ ਗੱਲ ਆਪਣੀ ਕਲਮ ਦੇ ਨਾਲ ਕਰਦੇ ਹੋਏ ਕਿ ਹਰਜੀਤ ਬਰਾੜ ਦੀ ਸੀ 47 ਕੌਡੀ ਸੁੱਕੀ ਪੱਡੇ ਦੀ ਦਰਸ਼ਨੀ ਬਾਡੀ ਗੁੱਗੂ ਕਾਲੂ ਜੱਸੇ ਦੀ ਭਾਜ ਰੋਮੀ ਚੰਨੇ ਬਿਹਾਰੀਪੁਰ ਦੇ ਕਿੰਦੂ ਦੀ ਅਨੋਖੀ ਅਡਾਸ ਧਰਤੀ ਹਲਾਵੇ ਦੁੱਲੇ ਦਾ ਪੰਪ ਅੰਬਰ ਨੂੰ ਛੂਹੇ ਸੋਨੂ ਦਾ ਜੰਪ ਗੁਰਲਾਲ ਘਨੌਰ ਦੀ ਮਟਕਣੀ ਚਾਲ ਸੰਦੀਪ ਲੰਡੀਆ ਦੀ ਉੱਚੀ ਸ਼ਾਲ ਵਿੱਚ ਦੁਨੀਆਂ ਦੇ ਮਸ਼ਹੂਰ ਹੈ ਨਾ ਕਿਹਦੇ ਵਿੱਚ ਕਿਹੜੀ ਖੂਬੀ ਦੱਸਾਂਗੇ ਜ਼ਰੂਰ ਹੈ ਮਿੱਠਾਪੁਰ ਦੇ
ਮੰਗੇ ਦੀ ਛਾਤੀ ਚੌੜੀ, ਅਸਸਕੇ ਦੇ ਬੋਲ ਕੌੜੀ, ਇੰਗਲੈਂਡ ਵਿੱਚ ਲੱਡੂ ਦੀ ਛਾਲ, ਸ਼ਟਰ ਵਾਲੇ ਮੀਕ ਦੇ ਵਾਲ, ਗੁਲਜ਼ਾਰੀ ਦਾ ਪਾਪਾ ਦੇ ਭੱਜ ਲੈਣਾ, ਸੰਦੀਪੁਰ ਦੇ ਗੋਪੀ ਦਾ ਟੁੱਟ ਕੇ ਪੈਣਾ, ਗੁਰਜੀਤ ਤੂਤ ਦਾ ਬਾਹ ਉੱਤੇ ਨੂੰ ਕਰਨਾ, ਬਾਜੀ ਜੰਡ ਦਾ ਗੁੱਟ ਨੂੰ ਫੜਨਾ, ਵਿੱਚ ਦੁਨੀਆਂ ਦੇ ਮਸ਼ਹੂਰ ਹੈ ਲੌਕੀ ਦੇ ਵਿੱਚ ਕਿਹੜੀ ਖੂਬੀ ਆਪਾਂ ਦੱਸਾਂਗੇ ਜ਼ਰੂਰ ਵੀ ਕਿਹੜਾ ਕਿਹੜੇ ਅੰਦਾਜ਼ ਦੇ ਵਿੱਚ ਖੇਡਦਾ। ਦੁਨੀਆਂ ਦੇ ਖੇਡ ਮੈਦਾਨਾਂ ਦੇ ਅੰਦਰ ਕਮੈਂਟੇਟਰ ਗੱਲਾਂ ਕਰਦੇ ਨੇ ਵੀ ਆਹ ਨੌਜਵਾਨ ਦਾ ਅੰਦਾਜ਼, ਆਹ ਅੰਦਾਜ਼ ਦਰਸ਼ਕਾਂ ਨੂੰ ਵੀ ਬੜਾ ਪਿਆਰਾ ਆਵੇਗਾ ਕਿ ਸੁੱਖ ਨੇ ਜਿਹੜੇ ਅੰਦਾਜ਼ ਦੇ ਵਿੱਚ ਹਮਲਾ ਕੀਤਾ। ਔਰ ਇਸ਼ਾਰਾ ਕਰਦਾ ਹੋਇਆ ਸਾਧੂ ਸਿੰਘ ਜੀ ਬਰਾੜ ਉਹਨਾਂ ਦੇ ਅੱਗੇ ਅਪੀਲ ਕਰਦਾ ਹੋਇਆ, ਇਹ ਨੌਜਵਾਨ ਇਹ ਪੁਆਇੰਟ ਮੇਰੇ ਹਿੱਸੇ ਜੁੜ ਗਿਆ ਹੈ। ਅੰਬੀ ਰਮਨਾ ਮਸ਼ਹੂਰ ਇੰਟਰਨੈਸ਼ਨਲ ਕਬੱਡੀ ਕਲੱਬ ਮੋਗਾ ਦੀ ਟੀਮ ਦੇ ਹਿੱਸੇ ਜੋ ਹੈ ਨੰਬਰ ਜੁੜਦਾ ਹੋਇਆ। ਅਗਲੀ ਕਬੱਡੀ ਪਾਉਣ ਦੇ ਵਾਸਤੇ ਸਿਰਫ ਦੇਖਿਆ ਕਿ ਮੈਦਾਨ ਦੇ ਵਿੱਚ ਨੌਜਵਾਨ ਸੁੱਖਾ ਸੁੱਖਾ ਤੋਤਾ ਸਿੰਘ ਵਾਲੇ ਦਾ, ਤੋਤਾ ਸਿੰਘ ਹੈ ਰਾਜਵੀਰ ਰਾਜੂ ਦੀ ਖੇਡ ਕਲੱਬ ਬੜੀ ਮਸ਼ਹੂਰ ਹੈ ਕੈਨੇਡਾ ਦੀ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਖੇਡਿਆ ਆਹ ਨੌਜਵਾਨ। ਅਗਲੀ ਕਬੱਡੀ ਪਾਉਣ ਦੇ ਵਾਸਤੇ ਅੱਗੇ ਵੱਧਦਾ ਹੋਇਆ ਤੋਤਾ ਸਿੰਘ ਵਾਲਾ ਪਿੰਡ, ਔਰ ਚਾਰ ਦੂਸਰੇ ਪਾਸੇ ਦੇਖ ਰਹੇ ਨੇ ਤਿਆਰ ਪਰ ਤਿਆਰ ਨੇ, ਮੰਨੇ ਪਰਮੰਨੇ ਦੁਨੀਆਂ ਦੇ ਮੰਨੇ ਪਰਮੰਨੇ ਖਿਡਾਰੀ ਨੇ। ਔਰ ਕੌਣ ਜਫਾ ਲਾਵੇਗਾ ਫਿਰ ਕਿਹਦੇ ਹੱਥੇ ਵਿੱਚ ਦੇਖ ਰਹੇ ਸਮਾਂ ਫੈਸਲਾ ਕਰੇਗਾ। ਆਓ ਅੱਗੇ ਵੱਧ ਕੇ ਕੀਤਾ ਹੋਇਆ ਹਮਲਾ ਪੁਆਇੰਟ ਰੇਡਰ ਦਾ ਹੈ, ਸਮਾਂ ਬੜਾ ਬਲਵਾਨ, ਸਮੇਂ ਦੀ ਕਦਰ ਕਰੋ, ਇਹ ਚੱਲਦਾ ਤੇਜ਼ ਰਫਤਾਰ, ਸਮੇਂ ਦੀ ਨਬਜ਼ ਫੜੋ, ਸਮੇਂ ਨਾਲ ਹੀ ਕੀਤੇ ਚੰਗੇ ਲੱਗਦੇ ਕੰਮ ਸਭ ਨੂੰ, ਜੋ ਖੁੰਝ ਗਏ ਸਮੇਂ ਤੋਂ ਗਲਤੀ ਨਾਲ ਉਹ ਦਿੰਦੇ ਨੇ ਦੋਸ਼ ਰੱਬ ਨੂੰ, ਮਾੜਾ ਸਮਾਂ ਨਾ ਆਵੇ ਕਿਸੇ ਦੇ, ਕਰੇ ਦੁਆਵਾਂ ਇਹ ਸੱਚੀ ਆ, ਸਮਾਂ ਕਰੇ ਬਰਬਾਦ ਬੰਦੇ ਨੂੰ, ਸਮਾਂ ਦਵੇ ਤਰੱਕੀ ਆ। ਆਓ ਇਧਰੇ ਪਾਸੇ ਸਮੇਂ ਦੀ ਗੱਲ, ਕਬੱਡੀ ਦੇਖ ਰਹੇ ਵੀ ਸਮੇਂ ਦੇ ਅਨੁਸਾਰ ਪਈ ਹੋਈ ਮੈਦਾਨ ਦੇ ਵਿੱਚ ਆਹ ਨੌਜਵਾਨ ਬੀਤਾ ਖੁਸ਼ੀ ਰਣਤੀਰ ਵਾਲਾ ਜਲੰਧਰ ਕਾਕਾ ਪੱਤੀ ਬਾਦਲ ਇਹਨੂੰ ਬੇਨਤੀ ਇਹਨਾਂ ਦੇ ਪਰਿਵਾਰ ਦਾ ਕੋਈ ਇੱਥੇ ਮੈਂਬਰ ਹੈਗਾ ਤਾਂ ਉਹ ਕਿਰਪਾ ਕਰਕੇ ਜਗਤਾਰ ਸਿੰਘ ਤਾਰੀ ਫੜੇ ਵਾਲੇ ਉਹਨਾਂ ਦਾ ਭਰਾ ਪੱਤੀ ਰਿਆਦਾ ਜਗਤਾਰ ਸਿੰਘ ਤਾਰੀ ਅੰਮ੍ਰਿਤਸਰ ਸਿੰਘ ਆ ਕੇ ਜੀ ਉਹਨਾਂ ਨੂੰ ਦੇ ਦਿਓ ਸਨਮਾਨ ਇਹਨਾਂ ਨੂੰ। ਸੁਖਰਾਜ ਰੋਡਿਆ ਵਾਲਾ ਐਮ ਏ ਜੋ ਬੀ ਐਡ ਜਿਹਨੇ ਡਿਗਰੀ ਹਾਸਲ ਕੀਤੀ ਬਹੁਤ ਵਧੀਆ ਲਿਖਦਾ ਹੈ, ਪੰਜਾਬ ਬਾਬਤ ਆਪਣੀ ਮਹਿਬੂਬ ਖੇਡ ਬਾਬਤ ਸੰਤਾਂ ਬਾਬਤ ਬਹੁਤ ਵਧੀਆ ਲਿਖਦਾ ਨੌਜਵਾਨ ਸੁਖਰਾਜ ਲਾਓ ਦੁੱਲਾ ਟੈਪੀ ਵਾਲਾ। ਅਗਲੀ ਕਬੱਡੀ ਮੈਦਾਨ ਦੇ ਵਿੱਚ ਪਾਉਣ ਦੇ ਵਾਸਤੇ ਵੱਧਦਾ ਹੋਇਆ ਕਬੱਡੀ ਦਾ ਖਿਡਾਰੀ, ਅੱਜ ਦੇਖਦੇ ਵੀ ਸੇਵਾ ਕਬੱਡੀ ਕੱਪ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਦੀ ਜਨਮ ਦਿਹਾੜੇ ਨੂੰ ਸਮਰਪਿਤ ਇਹ ਸੇਵਾ ਕਬੱਡੀ ਦਾ ਕੱਪ ਜੋ ਹੈ ਰੋਡੇ ਪਿੰਡ ਦੇ ਵਿੱਚ। ਲਾਓ ਇਧਰੇ ਪਾਸੇ ਮੈਦਾਨ ਦੇ ਵਿੱਚ ਦੇਖਦੇ ਨੇ ਆਹ ਨੌਜਵਾਨ ਦੁੱਲਾ ਕਿ ਸਿੱਖ ਪੰਥ ਦੀ ਸੇਵਾ ਕਰ ਨਾ ਰੋਡਿਆਂ ਦਾ ਚਮਕਾ ਗਿਆ ਫਰ ਸਜਦਾ ਪੱਲਾ ਭਿੰਡਰਾਂ ਵਾਲਾ ਤੁਮਾਂ ਵਿੱਚ ਦੁਨੀਆਂ ਦੇ ਪਾ ਗਿਆ ਐਸੇ ਅਮ੍ਰਿਤਸਰ ਪੈੜਾਂ ਪਾਈਆਂ ਸਿੱਖਾਂ ਦਾ ਰੋਲ ਮਾਡਲ ਕਹਿਲਾ ਗਿਆ ਕਹੇ ਸੁਖਰਾਜ ਰੋਡੇ ਪੰਜਾਬ ਤੇ ਸਿੱਖ ਕੌਮ ਹੈ ਸ਼ੇਰਾਂ ਦੀ ਦੁਨੀਆਂ ਨੂੰ ਇੱਕ ਵਾਰ ਫਿਰ ਯਾਦ ਕਰਵਾ ਗਿਆ ਦੁਨੀਆਂ ਨੂੰ ਇੱਕ ਵਾਰ ਫਿਰ ਯਾਦ ਕਰਵਾ ਗਿਆ। ਲਾਓ ਉਧਰ ਪਾਸੇ ਸ਼ੇਰਾਂ ਦੀ ਕੌਮ ਦੀ ਗੱਲ ਪੰਜਾਬੀਆਂ ਦੀ ਗੱਲ ਪੰਜਾਬੀਆਂ ਦੀ ਗੱਲ ਕਬੱਡੀ ਦੀ ਗੱਲ ਇੱਕ ਇੱਕ ਕਬੱਡੀ ਬਾਕੀ ਦਾ ਇਸ਼ਾਰਾ ਕਰਦੇ ਹੋਏ ਸੁਰਿੰਦਰ ਕੁਮਾਰ ਕਾਲਾ ਜੀ ਇਸਦੇ ਨਾਲ ਹੀ ਜਿੱਤਾਂ ਹਾਰਾਂ ਦੇ ਫੈਸਲੇ ਵਿਸ਼ਵੇਸ਼ ਕਬੱਡੀ ਕਲੱਬ ਕਪੂਰਥਲਾ ਦੇ 26 ਨੰਬਰ ਨੇ, ਅੰਬੀ ਅਮਰਾ ਮਸ਼ਹੂਰ ਇੰਟਰਨੈਸ਼ਨਲ ਕਬੱਡੀ ਕਲੱਬ ਮੋਗਾ ਦੇ 35 ਨੰਬਰ ਨੇ, 26 ਦੇ ਮੁਕਾਬਲੇ 35.5 ਦੇ ਨਾਲ ਅੰਬੀ ਅਮਨਾ ਹਜ਼ੂਰ ਇੰਟਰਨੈਸ਼ਨਲ ਕਬੱਡੀ ਕਲੱਬ ਮੋਗਾ ਦੀ ਟੀਮ ਜੋ ਹੈ ਉਹ ਜੇਤੂ ਰਹੀ ਇਸ ਮੈਚ ਦੇ ਵਿੱਚ। ਪ੍ਰੋਫੈਸਰ ਜਸਪਾਲ ਸਿੰਘ ਜੀ ਕੋਟਕਪੂਰਾ ਉਹ ਇੱਥੇ ਟੂਰਨਾਮੈਂਟ 'ਤੇ ਆਏ ਨੇ, ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਅਤੇ ਸਨਮਾਨ ਹੋ ਰਿਹਾ। ਪ੍ਰੋਫੈਸਰ ਜਸਪਾਲ ਸਿੰਘ ਜੀ ਜੋ ਸਾਡੇ ਪਰਿਵਾਰਕ ਮੈਂਬਰ ਨੇ ਬਹੁਤ ਬਹੁਤ ਧੰਨਵਾਦ ਜੀ। ਰੋਡੇ ਨਗਰ ਦੇ ਸਰਪੰਚ ਬੀਬੀ ਤਰਨਜੀਤ ਕੌਰ
ਲਓ ਮੁਕਾਬਲੇ ਦੀ ਸ਼ੁਰੂਆਤ ਹੋ ਚੁੱਕੀ ਮੈਦਾਨ ਦੇ ਅੰਦਰ ਸਾਹਿਬ ਨਛੱਤਰ ਸਿੰਘ ਸਰਪੰਚ ਸਾਹਿਬ ਸਾਰੀਆਂ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਹਰਨੇਕ ਸਿੰਘ ਭੇਟਾ ਵਾਲਾ ਚੜ੍ਹਦੀ ਕਲਾ ਦੀ ਖੇਡ ਕਲੱਬ ਦਾ ਇਹ ਖਿਡਾਰੀ ਦੇਖਣ ਵਿੱਚ ਪਾਉਂਦਾ ਸਰਪੰਚ ਸਾਹਿਬ ਨੇ 21,000 ਰੁਪਏ ਸਾਨੂੰ ਮਾਣ ਬਖਸ਼ਿਆ ਬੂਟਾ ਨੰਬਰਦਾਰ ਜੀ ਕਮੇਟੀ ਦਾ ਐਂਥਮ ਬੂਟਾ ਸਿੰਘ ਨੰਬਰਦਾਰ ਉਹਨੂੰ ਸਰਪੰਚ ਜਗਦੀਪ ਸਿੰਘ ਉਹਨਾਂ ਨੇ ਸਨਮਾਨ ਕਰਨਾ ਬੂਟਾ ਨੰਬਰਦਾਰ ਸਰਪੰਚ ਹਰਜੀਤ ਸਿੰਘ ਜੀ ਨੂੰ ਬੇਨਤੀ ਹੈ ਪ੍ਰਧਾਨ ਸਾਹਿਬ ਤੁਸੀਂ ਵੀ ਆਓ ਚੂੜ ਚੱਕਿਆ ਪਿੰਦਰੀ ਪਿੰਦਰ ਨੌਜਵਾਨ ਜਿੱਥੋਂ ਦੇ ਸਰ ਲਕਸ਼ਮਣ ਸਿੰਘ ਜੀ ਕਦੇ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਜਿੱਥੋਂ ਦਾ ਵੈਲੀ ਜਿੱਥੋਂ ਦਾ ਪੱਪੂ ਬਹੁਤ ਵੱਡੇ ਖਿਡਾਰੀ ਲਓ ਬਲਜਿੰਦਰ ਨੂੰ ਨਿੱਕਾ ਫਿਰ ਅਖਾਰੇ ਵਾਲਾ ਕੋਸ਼ਿਸ਼ ਕਰਦਾ ਹਾਂ ਤੇ ਗੱਡੀ ਮੈਦਾਨ ਦੇ ਬੱਲੇ ਬੱਲੇ ਆਹ ਦੂਸਰੇ ਪਾਸੇ ਦੇਖਦੇ ਵੀ ਬੈਂਡ ਚੜ੍ਹਦੀ ਕਲਾ ਕਬੱਡੀ ਕਲੱਬ ਜਲੰਧਰ ਦੇ ਹਿੱਸੇ ਜੁੜਦਾ ਹੋਇਆ ਵਜੀਤ ਖਾਲਸਾ ਜੀ ਲੰਘੇ ਵਾਲਾ ਇਸ਼ਾਰਾ ਕਰਦੇ ਹੋਏ ਜੱਗੀ ਰਾਗ ਕਹਿੰਦੇ ਮੱਖਣ ਗੋਰਸੀਆ ਪਿੰਡ ਹਜ ਗਰਾਮਾਂ ਦੀ ਇੰਗਲੈਂਡ ਦੇ ਵੀ ਇਸ ਖਿਡਾਰੀ ਦੇ ਬਹੁਤ ਜਾਣਦੇ ਤੇ ਵਧੀਆ ਪਾਈਆ 2012 ਦਾ ਖੇਡ ਸੀਜ਼ਨ ਲਓ ਜੱਗੀ ਮੱਖਣ ਗੋਰਸੀਆ ਵਾਲਾ ਇਸਨੇ ਹਰਜੀਤ ਤਲਵਾਰ ਕਲੱਬ ਜਗਰਾਓ ਦੀ ਟੀਮ ਦਾ ਖਿਡਾਰੀ ਔਰ ਦੂਸਰੇ ਪਾਸੇ ਦੇਖਦੇ ਵੀ ਮੈਚ ਸਾਨੂੰ ਦੇ ਦਿਓ ਸਤਵਾਨ ਸਿੰਘ ਮਲੀਲਾ ਵੱਲੋਂ ਹੀਰੇ ਨੂੰ ਸੋਨੇ ਨਾਲ ਕਹਿੰਦੇ ਸਨਮਾਨਿਤ ਹੋ ਰਿਹਾ ਬੂਟਾ ਸਿੰਘ ਨੰਬਰਦਾਰ ਕੋਈ ਭੇਦ ਭਾਵ ਨਹੀਂ ਅਤੇ ਕਮੇਟੀ ਨਾਲ ਮੋਢੇ ਦਾ ਮੋਢਾ ਥੰਮ ਬਣ ਕੇ ਮੈਂ ਪਹਿਲਾਂ ਕਹਿ ਚੁੱਕਿਆ ਕੰਮ ਕੀਤਾ ਅਤੇ ਸਤਵੰਤ ਸਿੰਘ ਮਲੀਲਾ ਨੇ ਸੋਨੇ ਦੇ ਮੈਡਲ ਨਾਲ ਇਹਨੂੰ ਸਨਮਾਨਿਤ ਕਰਦਾ ਜਗਦੀਪ ਸਿੰਘ ਸਰਪੰਚ ਕਹਿੰਦਾ ਹੀਰਾ ਤੇ ਹੀਰੇ ਨੂੰ ਸੋਨੇ ਨਾਲ ਸਨਮਾਨ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਅਵਤਾਰ ਸਿੰਘ ਜੀ ਰਾਜਿਆਣਾ ਭਾਈ ਜਗਤਾਰ ਸਿੰਘ ਜੀ ਰਾਜਿਆਣਾ ਸੁਪੱਤਰ ਸਰਦਾਰ ਸਾਧੂ ਸਿੰਘ ਜੀ MLA ਉਹ ਵੀ ਸਾਡੇ ਦੇ ਆਏ ਨੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ